ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੂ ਕੀਉ ਨਾ ਮੀਤ ਚਾਲੇ ਥੇ ਹਰ ਮਿਲਨ ਕਉ ਬੀਚੈ اٹਕਿਉ ਚੀਤ ਬਾਬਾ ਕਬੀਰ ਸਾਹਿਬ ਜੀ ਦਾ ਇਹ ਜਿਹੜਾ ਪਾਵਨ ਸ਼ਲੋਕ ਹੈ ਇਹ ਖਾਸ ਕਰਕੇ ਉਹਨਾਂ ਬੰਦਿਆਂ ਦੇ ਲਈ ਉਹਨਾਂ ਸਾਧੂਆਂ ਦੇ ਲਈ ਜਾਂ ਉਹਨਾਂ ਧਾਰਮਿਕ ਲੋਕਾਂ ਦੇ ਲਈ ਹੈ ਜਿਹੜੇ ਸ਼ੁਰੂ ਤੇ ਇਸ ਗੱਲ ਤੋਂ ਕਰਦੇ ਨੇ ਕਿ ਆਪਾਂ ਰੱਬ ਦੀ ਭਗਤੀ ਕਰਨੀ ਹੈ ਸ਼ੁਰੂ ਤੇ ਇਸ ਗੱਲ ਤੋਂ ਤੁਰਦੇ ਨੇ ਕਿ ਅਸੀਂ ਰੱਬ ਦੇ ਘਰ ਵੱਲ ਨੂੰ ਜਾਣਾ ਹੈ ਪਰ ਜਦੋਂ ਬੰਦਗੀ ਕਰਦਿਆਂ ਕਰਦਿਆਂ ਉਹਨਾਂ ਨੂੰ ਕੁਝ ਹਾਸਲ ਹੋ ਜਾਂਦਾ ਹੈ ਕੁਝ ਰੱਬ ਦੀ ਕਿਰਪਾ ਇਦਾਂ ਦੀ ਵਾਪਰ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕੁਝ ਸੁੱਖ ਮਿਲਣ ਲੱਗ ਪੈਂਦਾ ਹੈ ਚੀਜ਼ਾਂ ਦਾ ਆਲੇ-ਦੁਆਲੇ ਲੋਕ ਇਕੱਠੇ ਹੋ ਜਾਂਦੇ ਨੇ ਮਾਣ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬੰਦਗੀ ਤੇ ਭੁੱਲ ਜਾਂਦੀ ਹੈ ਇਹ ਮਾਣ ਹੀ ਉਹਨਾਂ ਨੂੰ ਉਹਨਾਂ ਦੀ ਖੁਰਾਕ ਬਣਦਾ ਰਹਿੰਦਾ ਹੈ ਇਹ ਮਾਣ ਹੀ ਉਹਨਾਂ ਦੀ ਹੌਮੇ ਬਣਦਾ ਰਹਿੰਦਾ ਹੈ ਤੇ ਬਸ ਇਸੇ ਹੀ ਮਾਨ ਦੇ ਵਿੱਚ اٹਕ ਜਾਂਦੇ ਨੇ ਇਹ ਤੇ ਤੋ ਅੱਗੇ ਨਹੀਂ ਨਿਕਲ ਪਾਉਂਦੇ ਫਿਰ ਉਹਨਾਂ ਲੋਕਾਂ ਦੇ ਲਈ ਖਾਸ ਕਰਕੇ ਬਾਬਾ ਕਬੀਰ ਨੇ ਇਹ ਜਿਹੜਾ ਸ਼ਲੋਕ ਬੋਲਿਆ ਹੈ ਇੱਕ ਤੇ ਇਸ ਪਾਸੇ ਤੋਂ ਗੱਲ ਹੈ ਵੀ ਅਸੀਂ ਘਰ ਤੋਂ ਤੁਰੇ ਹੋਈਏ ਗੁਰਦੁਆਰੇ ਦੇ ਲਈ ਤੇ ਰਾਹ ਦੇ ਵਿੱਚ ਸਾਨੂੰ ਕੋਈ ਸਾਡਾ ਐਡਾ ਪਿਆਰਾ ਐਡੀ ਜਾਣਕਾਰੀ ਵਾਲਾ ਮਿੱਤਰ ਮਿਲ ਜਾਵੇ ਤੇ ਅਸੀਂ ਉਹਦੇ ਲਾਗੇ ਹੀ ਬੈਠ ਕੇ 40 ਮਿੰਟ 50 ਮਿੰਟ ਗੱਲਾਂ ਕਰਕੇ ਤੇ ਜਦੋਂ ਫਿਰ ਟਾਈਮ ਦੇ ਵੱਲ ਵੇਖੀਏ ਤੇ ਫਿਰ ਤੇ ਲੱਗੇ ਵੀ ਹੁਣ ਤੇ ਗੁਰਦੁਆਰੇ ਦਾ ਟਾਈਮ ਵੀ ਨਿਕਲ ਗਿਆ ਇਹਨੂੰ ਕੀ ਕਿਹਾ ਜਾਂਦਾ ਵੀ ਘਰੋਂ ਤੇ ਅਸੀਂ ਗੁਰਦੁਆਰੇ ਲਈ ਤੁਰੇ ਸੀ ਪਰ ਰਸਤੇ ਦੇ ਵਿੱਚ ਹੀ ਰਹਿ ਗਏ ਅਸੀਂ ਪਹੁੰਚ ਨਹੀਂ ਸਕੇ ਫਿਰ ਇਹਨਾਂ ਲਫ਼ਜ਼ਾਂ ਨੂੰ ਇਦਾਂ ਵੀ ਸਮਝਿਆ ਜਾ ਸਕਦਾ ਹੈ ਕਿ ਸਾਨੂੰ ਆਪਣੇ ਆਪ ਦੇ ਉੱਤੇ ਅਫਸੋਸ ਜਾ ਕਰਨਾ ਪਵੇਗਾ ਕਿ ਭਾਈ ਜਿਹੜੇ ਕੰਮ ਲਈ ਅਸੀਂ ਆਏ ਸੀ ਅਸੀਂ ਕੀਤਾ ਨਹੀਂ ਜਿਹੜੇ ਕੰਮ ਲਈ ਅਸੀਂ ਨਿਕਲੇ ਸੀ ਉਹ ਕੰਮ ਪੂਰਾ ਨਹੀਂ ਕੀਤਾ ਹੈ ਇਹ ਜਿਹੜਾ ਬਾਬਾ ਕਬੀਰ ਸਾਹਿਬ ਦਾ ਸਲੋਕ ਹੈ ਇਹ ਨੀਵੇਂ ਦੇ ਲੈਵਲ ਦੀ ਗੱਲ ਨਹੀਂ ਹੈ ਇਹ ਉਹਨਾਂ ਸਾਧੂਆਂ ਦੀ ਗੱਲ ਹੈ ਜਿਨ੍ਹਾਂ ਦੇ ਪਿੱਛੇ ਵੇਖੋ ਜੇ ਬੰਦਗੀ ਕਰਦੇ ਨੇ ਭਗਤੀ ਕਰਦੇ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ ਹਾਸਲ ਹੋ ਜਾਂਦਾ ਹੈ ਮੈਂ ਆਪ ਜੀ ਦੇ ਅੱਗੇ ਬੇਨਤੀ ਕਰਦੇ ਵਾਂ ਅਕਾਲ ਪੁਰਖ ਵਹਿਗੁਰੂ ਦੀ ਭਗਤੀ ਚਾਹੇ ਉਹ ਪਾਠ ਰੂਪ ਦੇ ਵਿੱਚ ਹੈ ਚਾਹੇ ਉਹ ਸੇਵਾ ਦੇ ਰੂਪ ਦੇ ਵਿੱਚ ਹੈ ਤੇ ਚਾਹੇ ਕਿਸੇ ਵੀ ਹੋਰ ਰੂਪ ਦੇ ਵਿੱਚ ਹੈ ਬੰਦਗੀ ਦਾ ਮਤਲਬ ਹੈ ਸਾਡੇ ਅੰਦਰ એનર્ਜੀ ਇਕੱਠੀ ਹੋਣਾ ਅਸੀਂ ਪਤਾ ਨਹੀਂ ਇਸ ਗੱਲ ਨੂੰ ਬਹੁਤੀ ਅਹਿਮੀਅਤ ਦਿੰਦੇ ਹਾਂ ਕਿ ਨਹੀਂ ਪਰ ਇਹਨੂੰ ਧਿਆਨ ਦੇ ਨਾਲ ਸਮਝ ਲਿਓ ਮਰਦ ਕਹਿੰਦੇ ਨੇ ਹਰ ਜਾਣੈ ਸਭ ਕਿਛ ਜੋ ਜੀਵਰਤੈ ਜੋ ਮੇਰੇ ਅੰਦਰ ਚੱਲਦਾ ਪਿਆ ਹੈ ਨਾ ਮਾਲਕ ਸਾਰਾ ਕੁਝ ਜਾਣਦਾ ਹੈ ਹਰ ਜਾਣੈ ਸਭ ਕਿਛ ਜੋ ਜੀਵਰਤੈ ਪ੍ਰਭ ਘਾਲਿਆ ਕਿਸੇ ਦਾ ਇੱਕ ਤਿਲ ਨਾ ਗਵਾਈ ਇੱਕ ਤਿਲ ਮਾਤਰ ਵੀ ਕਿਸੇ ਨੇ ਮਿਹਨਤ ਕੀਤੀ ਹੈ ਨਾ ਰੱਬ ਦੇ ਰਸਤੇ ਦੇ ਵੱਲ ਤੁਰਿਆ ਹੈ ਇੱਕ ਤਿਲ ਮਾਤਰ ਬਿਲਕੁਲ ਤਿਲ ਉਹੀ ਹੁੰਦਾ ਜਿਹੜਾ ਰਿਉੜੀਆਂ ਦੇ ਉੱਤੇ ਲੱਗਾ ਹੁੰਦਾ ਬਿਲਕੁਲ ਛੋਟਾ ਜਿਹਾ ਹੁੰਦਾ ਮਰਦ ਕਹਿੰਦੇ ਨੇ ਇੱਕ ਤਿਲ ਮਾਤਰ ਵੀ ਕਿਸੇ ਨੇ ਬੰਦਗੀ ਕੀਤੀ ਹੈ ਨਾ ਬਹੁਤੀ ਵੱਡੀ ਨਹੀਂ ਪ੍ਰਭ ਕਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਇੱਕ ਤਿਲ ਮਾਤਰ ਦਾ ਕਮਾਇਆ ਹੋਇਆ ਵੀ ਰੱਬ ਵਿਅਰਥ ਨਹੀਂ ਜਾਣ ਦਿੰਦਾ ਤਿਲ ਮਾਤਰ ਕੀ ਹੈ ਵੈਗੁਰੂ ਇੱਕ ਵਾਰ ਕਹਿ ਦਿੱਤਾ ਦਿਨ ਦੇ ਵਿੱਚ ਹਫਤੇ 'ਚ ਇੱਕ ਵਾਰ ਕਹਿ ਦਿੱਤਾ ਕਿਤੇ ਇਹ ਨਹੀਂ ਵੀ ਅਸੀਂ ਇੱਕ ਵਾਰ ਹੀ ਕਹਿੰਦੇ ਹਾਂ ਮਰਦ ਬਖਸ਼ ਲਵੇ ਸਿਰਫ ਉਦਾਹਰਨ ਦੀ ਖਾਤਰ ਹੁਣ ਉਹ ਇੱਕ ਵਾਰ ਕਿਹਾ ਵੀ ਸਤਿਗੁਰੂ ਕਹਿੰਦੇ ਵੀ ਅਸਰ ਕਰੇਗਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਅਸਰ ਨਹੀਂ ਹੁੰਦਾ ਸਾਡੇ ਉੱਤੇ ਸਤਿਗੁਰੂ ਤੇ ਕਹਿੰਦੇ ਨੇ ਵੀ ਅਸਰ ਹੋਵੇਗਾ ਭਾਵੇਂ ਹਫਤੇ 'ਚ ਇੱਕ ਵਾਰ ਕਹਿੰਦੇ ਜੇ ਤੇ ਭਾਵੇਂ ਮਹੀਨੇ 'ਚ ਇੱਕ ਵਾਰ ਕਹਿੰਦੇ ਜੇ ਹਾਂ ਉਹਦਾ ਅਸਰ ਉਹਨਾਂ 'ਕੋ ਹੋਵੇਗਾ ਜਿੰਨਾਂ ਕੋ ਉਹ ਮਹੀਨੇ 'ਚ ਇੱਕ ਵਾਰ ਕਹਿਆ ਦਾ ਹੋਣਾ ਚਾਹੀਦਾ ਹੈ ਹੁਣ ਮਹਾਰਜ ਕੀ ਕਹਿੰਦੇ ਨੇ ਕਿ ਇੱਕ ਵਾਰ ਬੰਦਗੀ ਕੀਤੀ ਤੇ ਮਾਲਕ ਉਹਦੀ ਕੀਤੀ ਹੋਈ ਬੰਦਗੀ ਨੂੰ ਭੁਲਾਉਂਦਾ ਨਹੀਂ ਤੇ ਹੁਣ ਸੋਚ ਕੇ ਵੇਖੋ ਜਿਹੜੇ ਬੰਦੇ ਲਗਾਤਾਰ ਚੌਕੜੀ ਮਾਰ ਕੇ ਬੈਠ ਜਾਂਦੇ ਸੀ ਵੀ ਅਸੀਂ 8-8 ਘੰਟੇ 10-10 ਘੰਟੇ 12-12 ਘੰਟੇ ਹਿਲਣਾ ਹੀ ਨਹੀਂ ਉੱਠਣਾ ਹੀ ਨਹੀਂ ਜਾਂ ਜਿਹੜੇ ਬੰਦੇ ਆਪਣੇ ਆਪ ਨੂੰ ਇੰਨੇ ਕਸ਼ਟ ਦੇ ਕੇ ਬੈਠ ਗਏ ਵੀ ਸਰਦੀਆਂ ਆ ਗਈਆਂ ਤੇ ਪਾਣੀ ਦੇ ਲਾਗੇ ਬੈਠ ਜਾਓ ਪਾਣੀ ਦੇ ਵਿੱਚ ਬੈਠ ਕੇ ਭਗਤੀ ਕਰੋ ਗਰਮੀਆਂ ਆ ਗਈਆਂ ਤੇ ਅੱਗ ਦੇ ਲਾਗੇ ਬੈਠ ਕੇ ਭਗਤੀ ਕਰੋ ਠੀਕ ਹੈ ਗੁਰਮਤਿ ਇਨ੍ਹਾਂ ਗੱਲਾਂ ਦੇ ਵਿੱਚ ਬਹੁਤਾ ਯਕੀਨ ਨਹੀਂ ਰੱਖਦੀ ਪਰ ਇੰਨੇ ਕਸ਼ਟ ਇੰਨੇ ਤਪ ਕਰਕੇ ਕੁਝ ਨਾ ਕੁਝ ਤੇ ਉਹਨਾਂ ਦੇ ਅੰਦਰ ਬਣਦਾ ਹੈ ਉਹ ਵੱਖਰੀ ਗੱਲ ਹੈ ਭਾਵੇਂ ਉਹਨੂੰ ਕ੍ਰੋਧ ਦੇ ਵਿੱਚ ਗਵਾ ਲੈਂਦੇ ਨੇ ਉਹ ਦੂਸਰਾ ਪਾਸਾ ਹੈ ਜੇ ਇੱਕ ਵਾਰ ਬੰਦਗੀ ਕੀਤਿਆਂ ਸਾਡਾ ਕੁਝ ਨਾ ਕੁਝ ਬਣਦਾ ਹੈ ਤੇ ਜਿਹੜਾ ਬੰਦਾ ਰੋਜ਼ ਦੀ ਇੰਨੀ ਬੰਦਗੀ ਕਰਦਾ ਪਿਆ ਹੈ ਉਹਦੇ ਅੰਦਰ ਕਿਉਂ ਨਹੀਂ ਕੁਝ ਬਣੇਗਾ ਚਲੋ ਇਹਦੀ ਮੈਂ ਉਦਾਹਰਣ ਆਪਦੀ ਦੇ ਅੱਗੇ ਰੱਖ ਦੇਵਾਂ ਇਹ ਅਜੇ ਅਸੀਂ ਇਸ ਕਰਕੇ ਗੱਲ ਸ਼ੁਰੂ ਕੀਤੀ ਹੈ ਕਿ ਰੱਬ ਦੀ ਭਗਤੀ ਕਰੀਏ ਤੇ ਭਗਤੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ ਆਪਣੀ ਜ਼ਿੰਦਗੀ ਦੇ ਨਾਲ ਇਹਨੂੰ ਵੇਖ ਲੈਣਾ ਕਰਕੇ ਵੀ ਸਾਡੀ ਬੰਦਗੀ ਨੇ ਸਾਡਾ ਕੀ ਸਵਾਰਿਆ ਤੇ ਕੀ ਸਾਨੂੰ ਦਿੱਤਾ ਹੈ ਕਿਸੇ ਦੂਸਰੇ ਦੇ ਕੋਲੋਂ ਪੁੱਛਣ ਦੀ ਲੋੜ ਹੀ ਨਹੀਂ ਹੈ। ਸਾਡੇ ਕੀਤੇ ਪਾਠਾਂ ਦਾ ਸਾਡੇ ਉੱਤੇ ਕੀ ਅਸਰ ਹੋਇਆ ਹੈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਣੇ ਆਪ ਤੋਂ ਪੁੱਛੋ ਵੀ ਕੀ ਅਸਰ ਹੋਇਆ ਹੈ। ਇੱਕ ਬੋਲ ਹੈ ਭਗਤ ਨਾਮਦੇਵ ਜੀ ਦਾ ਬੰਦਗੀ ਕੀ ਅਸਰ ਕਰਦੀ ਹੈ। ਮੈਂ ਉਹਨੂੰ ਦੂਸਰੇ ਪਾਸੇ ਤੋਂ ਸਮਝਦਾ ਹੁੰਨਾ ਹਰ ਵੇਲੇ। ਦਾ ਤਾਰ ਜੀ ਦਾ ਸ਼ਬਦ ਹੈ ਦੁਰਵਾਸ਼ਾ ਸਿਓ ਕਰਤ ਠਗौरी ਜਾਦਵ ਇਹ ਫਲ ਪਾਏ ਕਿਰਪਾ ਕਰੀ ਆਪਣੇ ਜਨ ਉਪਰ ਨਾਮ ਦਿਓ ਹਰ ਗੁਣ ਗਾਏ ਹੁਣ ਦੁਰਵਾਸ਼ਾ ઋષਿ ਬੜੇ ਕਮਾਲ ਦਾ ઋષਿ ਮੰਨਿਆ ਜਾਂਦਾ ਹੈ ਭਗਤ ਨਾਮਦੇਵ ਨੇ ਉਹਦਾ ਹਵਾਲਾ ਲਿਆ ਹੈ ਹੁਣ ਕਹਿੰਦੇ ਕਿ ਵੇਖੋ ਇੰਨੀ ਬੰਦਗੀ ਵਾਲਾ ਬੰਦਾ ਇੰਨੀ ਭਗਤੀ ਵਾਲਾ ਬੰਦਾ ਠੀਕ ਹੈ ਉਹਨੂੰ ਕ੍ਰੋਧ ਆ ਗਿਆ ਉਹ ਦੂਸਰੀ ਗੱਲ ਹੈ ਪਰ ਉਹਨੇ ਇੱਕ ਬੋਲ ਬੋਲਿਆ ਬੋਲ ਇਹ ਬੋਲਿਆ ਕਿ ਉਹਦੇ ਨਾਲ ਕੁਝ ਬੱਚਿਆਂ ਨੇ ਮਜ਼ਾਕ ਕੀਤਾ ਸੀ ਤਾਂ ਜਿਹੜੇ ਮਜ਼ਾਕ ਕਰਨ ਵਾਲੇ ਸੀ ਉਹ ਕੌਣ ਸੀ ਜਾਦਵ ਕੁੱਲ ਦੇ ਬੱਚੇ ਆਪ ਜੀ ਨੇ ਪੂਰੀ ਕਹਾਣੀ ਨੂੰ ਜੇ ਜਾਣਿਆ ਹੋਵੇਗਾ ਤੇ ਜਾਦਵ ਕੁੱਲ ਦੇ ਬੱਚਿਆਂ ਨੇ ਉਹਨਾਂ ਦੇ ਨਾਲ ਮਜ਼ਾਕ ਕੀਤਾ ਹੁਣ ਆਮ ਵੀ ਤੇ ਬੰਦੇ ਮਜ਼ਾਕ ਕਰਦੇ ਹੀ ਰਹਿੰਦੇ ਨੇ ਤੇ ਅੱਗੂ ਬੰਦਾ ਵੇਖੋ ਕਿਦਾਂ ਦੀਆਂ ਵੱਧਵਾਵਾਂ ਦਿੰਦਾ ਹੈ ਕਿਦਾਂ ਦੀਆਂ ਗੱਲਾਂ ਬੋਲਦਾ ਹੈ ਸਾਰੀਆਂ ਕਿਤੇ ਪੂਰੀਆਂ ਹੋ ਜਾਂਦੀਆਂ ਨੇ ਸਾਰੀਆਂ ਕਦੀ ਵੀ ਪੂਰੀਆਂ ਨਹੀਂ ਹੁੰਦੀਆਂ ਅਸੀਂ ਕਿੰਨਿਆਂ ਨੂੰ ਅਸੀਸਾਂ ਦਿੰਨੇ ਆਂ ਵੀ ਚੜਦੀ ਕਲਾ ਚ ਰਹਿ ਬੰਦਿਆਂ ਦੇ ਹਾਲ ਵੇਖ ਲਓ ਕਿਤੇ ਰਹਿੰਦੇ ਨੇ ਸਾਨੂੰ ਕਿੰਨਿਆਂ ਨੇ ਕਿਹਾ ਵੀ ਤੰਦਰੁਸਤ ਰਹਿ ਫਿਰ ਅਸੀਂ ਤੰਦਰੁਸਤ ਰਹਿ ਜਾਂਦੇ ਹਾਂ ਕਿੰਨੇ ਜਾਣੇ ਸਾਨੂੰ ਕਹਿੰਦੇ ਨੇ ਉਹ ਦੁਰਬਾਸ਼ਾ ਇਦਾਂ ਦਾ ਨਹੀਂ ਸੀ ਉਹਦਾ ਬੋਲ ਜਿਹੜਾ ਮੂੰਹ ਦੇ ਵਿੱਚੋਂ ਨਿਕਲਦਾ ਸੀ ਨਾ ਉਹ ਬੋਲ ਪੂਰਾ ਹੋ ਜਾਂਦਾ ਸੀ ਉਹਨੂੰ ਕਿਹਾ ਜਾਂਦਾ ਹੈ ਵਾਕ ਸਿੱਧੀ ਮਤਲਬ ਜੋ ਬੋਲੇਗਾ ਉਹ ਹੋ ਜਾਵੇਗਾ। ਔਰ ਸਿਰਫ ਦੁਰਬਾਸ਼ਾ ਹੀ ਨਹੀਂ ਬੜੇ ਬੜੇ ਸਾਧੂ ਇਦਾਂ ਦੇ। ਬੜੇ ਸਾਧੂ ਇਦਾਂ ਦੇ। ਹੁਣ ਸਾਧੂ ਨੂੰ ਬੱਚਿਆਂ ਨੇ ਮਜ਼ਾਕ ਕੀਤਾ ਤੇ ਸਾਧੂ ਨੇ ਇੱਕ ਗੱਲ ਬੋਲੀ। ਵੀ ਤੁਸੀਂ ਮੇਰੇ ਨਾਲ ਮਜ਼ਾਕ ਕੀਤਾ ਹੈ ਇਸ ਮਜ਼ਾਕ ਦਾ ਫਲ ਤੁਹਾਨੂੰ ਇਹ ਲੱਗੇਗਾ ਵੀ ਤੁਹਾਡੀ ਸਾਰੀ ਕੁੱਲ ਖਤਮ ਹੋ ਜਾਵੇਗੀ। ਹੁਣ ਉਸ ਕੁੱਲ ਦੇ ਵਿੱਚ ਬੁਰਾ ਨਾ ਮਨਾਓ ਇੱਕ ਗਾਥਾ ਹੈ ਤੁਸੀਂ ਸੁਣੀ ਪੜੀ ਹੋਵੇਗੀ ਉਸ ਕੁਲ ਦੇ ਵਿੱਚ ਕ੍ਰਿਸ਼ਨ ਜੀ ਦਾ ਜਨਮ ਹੁੰਦਾ ਹੈ ਤੇ ਜੇ ਗਾਥਾ ਪੜ੍ਹੀਏ ਤਾਂ ਗਾਥਾ ਕਹਿੰਦੀ ਹੈ ਕਿ ਕ੍ਰਿਸ਼ਨ ਜੀ ਦਾ ਵੀ ਖਾਤਮਾ ਹੋਇਆ ਹੈ ਉਸ ਪਾਸੇ ਤੋਂ ਉਸ ਗਾਥਾ ਦੇ ਅਨੁਸਾਰ ਸ਼ਿਕਾਰੀ ਨੇ ਨਿਸ਼ਾਨਾ ਲਾਇਆ ਹਿਰੰਦੇ ਭਲੇਖੇ ਦੇ ਨਾਲ ਤੇ ਉਹ ਲੱਗ ਗਿਆ ਜਾ ਕੇ ਕ੍ਰਿਸ਼ਨ ਜੀ ਨੂੰ ਇੱਕ ਖਿਆਲ ਹੈ ਕਹਾਣੀ ਕੀ ਵਾਪਰੀ ਸਾਡਾ ਮਸਲਾ ਕਹਾਣੀ ਦੇ ਨਾਲ ਨਹੀਂ ਹੈ ਮਸਲਾ ਇਸ ਗੱਲ ਦੇ ਨਾਲ ਹੈ ਸਾਧੂ ਨੇ ਇੱਕ ਬੋਲ ਬੋਲਿਆ ਤੇ ਉਹਦਾ ਬੋਲ ਪੂਰਾ ਹੋ ਗਿਆ ਭਾਵੇਂ ਸਾਖੀ ਕਾਰਾ ਨੇ ਪੂਰਾ ਕਰਵਾ ਦਿੱਤਾ ਹੁਣ ਇਹਦਾ ਮਤਲਬ ਹੈ ਕਿ ਜੇ ਬੰਦਗੀ ਕਰਾਂਗੇ ਭਗਤੀ ਕਰਾਂਗੇ ਤੇ ਭਗਤੀ ਕਰਦਿਆਂ ਕੁਝ ਨਾ ਕੁਝ ਸਾਡੇ ਅੰਦਰ ਹਾਸਲ ਜ਼ਰੂਰ ਹੁੰਦਾ ਹੈ ਹੁਣ ਪ੍ਰੋਬਲਮ ਕੀ ਹੋਗੀ ਮਹਾਰਾਜ ਜੀ ਗੱਲ ਸ਼ੁਰੂ ਕਰਦੇ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਇਸ ਗੱਲ ਨੂੰ ਤੇ ਪੱਕਾ ਲੈ ਕੇ ਚੱਲਿਓ ਜਿਹੜਾ ਪਹਾੜ ਹੁੰਦਾ ਨਾ ਉਹਦੇ ਵਿੱਚ بڑے ਪੱਥਰ ਹੁੰਦੇ ਨੇ ਪਰ ਤੁਸੀਂ ਵੇਖਿਓ ਜਿਹੜਾ ਪਹਾੜ ਖੋਜਣ ਵਾਲਾ ਨਾ ਉਹ ਉਹਨੇ ਖੋਜੇਗਾ ਜਿਹਦੇ ਵਿੱਚ ਹੀਰਾ ਹੈ। ਬੜੇ ਪੱਥਰ ਹੁੰਦੇ ਨੇ ਪਰ ਛੁੱਟੀ ਜਾਂਦਾ ਵੀ ਨਹੀਂ ਮੇਰੇ ਇਹ ਕੰਮ ਦੇ ਨਹੀਂ ਉਹਨੂੰ ਜਿੱਥੋਂ ਹੀਰੇ ਲੱਭਣਗੇ ਭਾਵੇਂ ਖਾਨ ਦੇ ਵਿੱਚੋਂ ਲੱਭਣਗੇ ਉਹ ਉੱਥੇ ਹੀ ਖੋਜੇਗਾ ਜਾ ਕੇ। ਭਾਈ ਗੁਰਦਾਸ ਸਾਹਿਬ ਕਹਿੰਦੇ ਇਦਾਂ ਜਿਹੜਾ ਬੰਦਗੀ ਵਾਲਾ ਬੰਦਾ ਹੁੰਦਾ ਨਾ ਲੋਕੀ ਬੜੇ ਬੜੇ ਲੋਕ ਆਉਂਦੇ ਨੇ ਇੱਕ ਦੂਸਰੇ ਨੂੰ ਗੁਰਦੁਆਰਿਆਂ ਵਿੱਚ ਵੀ ਬੜੇ ਲੋਕ ਹੁੰਦੇ ਨੇ ਇਦਾਂ ਦੇ। ਤੈਸੇ ਗੁਰ ਚਰਨ ਸ਼ਰਨ ਜਾਤ ਹੈ ਜਗਤ ਜਾਮੈ ਗੁਰ ਗਿਆਨ ਤਾਹੇ ਲੋਕ ਲਪਟਾਤ ਹੈ ਦੇ ਜਿਹੜੇ ਬੰਦੇ ਦੇ ਪੱਲੇ ਭਗਤੀ ਹੋਵੇਗੀ ਨਾ ਜਿਹੜੇ ਬੰਦੇ ਦੇ ਪੱਲੇ ਬੰਦਗੀ ਹੋਵੇਗੀ ਲੋਕੀ ਜੁੜਨਗੇ ਉਹਦੇ ਕੋਲ ਆ ਕੇ ਲੋਕੀ ਆ ਕੇ ਬੈਠਣਗੇ ਉਹਦੇ ਕੋਲ ਇਹਨੂੰ ਭਾਵੇਂ ਉਹ ਕੋਈ ਅਸੀਂ ਇੱਕਦਮ ਕਹਿ ਦਿੰਦੇ ਹਾਂ ਨਾ ਜਾਂ ਸਾਡੇ ਵਰਗੇ ਕਰਨ ਦੇ ਨੇ ਖਾਸ ਕਰਕੇ ਇਹਨੇ ਪਖੰਡ ਬਣਾਇਆ ਹੋਇਆ ਹੈ ਇਹਨੇ ਉਹ ਕੀਤਾ ਹੋਇਆ ਹੈ ਉਦੇ ਕੋਲ ਕੁਝ ਤੇ ਹੈ ਜਿਹਦੇ ਕਰਕੇ ਲੋਕ ਉਹਦੇ ਲਾਗੇ ਆ ਕੇ ਚੱਲ ਗਏ ਨਹੀਂ ਨਾ ਤੇ ਬਾਕੀ ਵੀ ਤੇ ਲੋਕ ਉਹਦੇ ਵਰਗੇ ਨੇ ਉਹਨਾਂ ਲਾਗੇ ਲੋਕੀ ਕਿਉਂ ਨਹੀਂ ਆ ਕੇ ਬੈਠਦੇ ਉਹਦੇ ਕੋਲ ਕਿਹੜੀ ਤਾਕਤ ਹੈ ਵੀ ਜਿਹਦੇ ਲਾਗੇ ਹਜ਼ਾਰਾਂ ਬੰਦੇ ਉਹਦੇ ਇੱਕ ਬੋਲ ਦੇ ਉੱਤੇ ਆ ਕੇ ਖੜੇ ਹੋ ਜਾਂਦੇ ਨੇ ਤੇ ਉਹਦਾ ਇੱਕ ਇੱਕ ਬੋਲ ਸੁਣਨ ਲਈ ਤਿਆਰ ਨੇ ਭਾਵੇਂ ਝੂਠ ਹੀ ਬੋਲੀ ਜਾ ਰਿਹਾ ਹੈ ਅੱਜ ਉਹ ਕਿਹੜੀ ਚੀਜ਼ ਹੈ ਜਿਹੜੀ ਸਾਰਾ ਕੁਝ ਇਕੱਠਾ ਕਰਕੇ ਲੈ ਕੇ ਆ ਗਈ ਤੁਸੀਂ ਦੇਖਦੇ ਜੇ ਆਪਾਂ ਅੱਗੇ ਦੀ ਗੱਲ ਕਰਾਂਗੇ ਪੀ ਸੁਣਨ ਨੂੰ ਕਦੇ ਲੱਗਦਾ ਵੀ ਨਹੀਂ ਕਿ ਬਹੁਤੀਆਂ ਗੱਲਾਂ ਨੇ ਪਰ ਲੋਕੀਂ ਫਿਰ ਵੀ ਪਿੱਛੇ ਲੱਗੇ ਹੋਏ ਨੇ ਪੀ ਹਾਂ ਦੂਜਿਆਂ ਨੂੰ ਹਾਸਾ ਆਉਂਦਾ ਵੀ ਇਹ ਕਿੰਨਾਂ ਦੇ ਪਿੱਛੇ ਲੱਗੇ ਨੇ ਜਿਹੜੇ ਪਿੱਛੇ ਲੱਗੇ ਹੋਏ ਦੋ ਆਉਂਦੇ ਪੀ ਉਹਨਾਂ ਤੋਂ ਉੱਤੇ ਕੋਈ ਬੰਦਾ ਹੀ ਨਹੀਂ ਉਹਨਾਂ ਨੂੰ ਲੱਗਦਾ ਪੀ ਇਹਨਾਂ ਤੋਂ ਗਾਂ ਦੀ ਗੱਲ ਹੀ ਕੋਈ ਨਹੀਂ ਬੰਦਗੀ ਨੇ ਆਪਣਾ ਅਸਰ ਵਿਖਾਇਆ ਤਾਂ ਲੋਕ ਲੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੁਰੇ ਇਸ ਕਰਕੇ ਕਿਸੇ ਵੀ ਰੱਬ ਦੇ ਕੋਲ ਪਹੁੰਚਣਾ ਹੈ ਸਾਧੂ ਇਸ ਕਰਕੇ ਤੁਰਿਆ ਪੀ ਰੱਬ ਦੀ ਭਗਤੀ ਕਰਨੀ ਹੈ ਭਗਤੀ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਅਕਸਰ ਇਹ ਵਿਖਾਉਣਾ ਸ਼ੁਰੂ ਕਰ ਦਿੱਤਾ ਲੋਕ ਲਾਗੇ ਆ ਗਏ ਸੁਭਾਵਕ ਦੀ ਗੱਲ ਸੀ ਲੋਕਾਂ ਨੂੰ ਆਪਣਾ ਅੰਦਰ ਖਾਲੀ ਲੱਗਦਾ ਹੈ ਲੋਕੀਂ ਬੈਠਦੇ ਨੇ ਸਾਧੂ ਲਾਗੇ ਵੀ ਇਹ ਗੱਲ ਕਰੇਗਾ ਤੇ ਇਹਦੀ ਕਹੀ ਗਈ ਗੱਲ ਪੂਰੀ ਹੋ ਜਾਂਦੀ ਹੈ ਲੋਕੀਂ ਸਾਧੂਆਂ ਦੇ ਕੋਲ ਕਿਉਂ ਜਾਂਦੇ ਨੇ ਮੈਂ ਤੇ ਅਕਸਰ ਬੇਨਤੀ ਕਰਦਾ ਹੁੰਨਾ ਕਿ ਇਹ ਅਸੀਂ ਸਾਧੂਆਂ ਵਾਲਾ ਇੱਕੋ ਹੀ ਪਾਸਾ ਵੇਖਦੇ ਹਾਂ ਪਰ ਸਾਡੇ ਇੱਕ ਗੱਲ ਬੋਲੀ ਜਾਂਦੀ ਹੁੰਦੀ ਹੈ ਵੀ ਧਿਆਨ ਦੇ ਨਾਲ ਸੋਚ ਕੇ ਵੇਖਿਓ ਜੇ ਬਾਦਸ਼ਾਹਾਂ ਦੇ ਕੋਲ ਹੀ ਸਾਰਾ ਕੁਝ ਹੁੰਦਾ ਘਾਟਾ ਥੋੜਾ ਪੈਸੇ ਦਾ ਬਾਦਸ਼ਾਹਾਂ ਦੇ ਕੋਲ ਜੇ ਬਾਦਸ਼ਾਹਾਂ ਦੇ ਕੋਲ ਹੀ ਸਾਰਾ ਕੁਝ ਹੁੰਦਾ ਤੇ ਜਿਹੜੇ ਫਕੀਰ ਆਪਣੀ ਚੰਗੀ ਛੱਤ ਵੀ ਨਹੀਂ ਪਵਾ ਸਕਦੇ ਆਪਣੀ ਖਾਨਕਾ ਨੂੰ ਜਾਂ ਆਪਣੀ ਬੰਦਗੀ ਕਰਨ ਵਾਲੀ ਥਾਂ ਨੂੰ ਬਾਦਸ਼ਾਹ ਨੂੰ ਕੀ ਲੋੜ ਪੈਂਦੀ ਸੀ ਵੀ ਜਾ ਕੇ ਉਹਨਾਂ ਫਕੀਰਾਂ ਦੇ ਜਾ ਕੇ ਮੱਥੇ ਟੇਕਦੇ ਫਿਰਦੇ ਜਿਨ੍ਹਾਂ ਬਾਦਸ਼ਾਹਾਂ ਦੇ ਕੋਲ ਸਾਰਾ ਕੁਝ ਹੈ ਫਕੀਰਾਂ ਦੇ ਕੋਲ ਤੇ ਕੁਝ ਵੀ ਨਹੀਂ ਹੈ ਬਾਦਸ਼ਾਹ ਫਿਰ ਫਕੀਰਾਂ ਦੇ ਮੱਥੇ ਟੇਕਦੇ ਨੇ ਕਿਉਂ ਟੇਕਦੇ ਨੇ ਉਹਨਾਂ ਨੂੰ ਪਤਾ ਵੀ ਇੱਕ ਚੀਜ਼ ਇਹਨਾਂ ਦੇ ਕੋਲ ਹੈ ਜਿਹੜੀ ਮੇਰੇ ਕੋਲ ਪੈਸੇ ਹੋਣ ਦੇ ਬਾਵਜੂਦ ਵੀ ਨਹੀਂ ਹੈ ਤੇ ਉਸ ਹੀ ਰੱਬ ਦੀ ਇਬਾਦਤ ਉਸ ਹੀ ਰੱਬ ਦੀ ਬੰਦਗੀ ਇਸ ਗੱਲ ਨੂੰ ਇਦਾਂ ਵੇਖ ਲੈਣਾ ਜੇ ਬੰਦਗੀ ਕਰਾਂਗੇ ਲੋਕ ਜੁੜਨਗੇ ਹੀ ਜੁੜਨਗੇ ਤੇ ਮਹਾਰਾਜ ਇਹਨੂੰ ਇਦਾਂ ਕਹਿੰਦੇ ਨੇ ਪੂਰਵ ਜਨਮ ਪ੍ਰਚੂਨ ਕਮਾਏ ਹਰ ਹਰ ਨਾਮ ਉਰਤਾਰੇ ਥੋੜੀ ਥੋੜੀ ਬੰਦਗੀ ਕੀਤੀ ਨਾ ਤੇ ਲੋਕੀ ਆ ਕੇ ਗੱਲ ਸੁਣਨ ਲੱਗ ਪੈਂਦੇ ਨੇ ਇਹ ਇਦਾਂ ਇੱਕ ਵਾਰ ਨਹੀਂ ਹੁੰਦਾ ਬੜੀ ਵਾਰ ਹੁੰਦਾ ਹੈ ਜਿਨਨੇ ਜਿੰਨੀ ਬੰਦਗੀ ਕੀਤੀ ਉਹਦੇ ਲਾਗੇ ਲੋਕ ਆ ਕੇ ਜੁੜਨੇ ਸ਼ੁਰੂ ਹੋ ਗਏ ਤੇ ਗੁਰੂ ਅਰਜਨ ਸਾਹਿਬ ਨੂੰ ਪੁੱਛੀਏ ਨਾ ਵੀ ਇਹਨਾਂ ਸਾਧੂਆਂ ਦੇ ਲਾਗੇ ਭਾਵੇਂ ਅੱਜ ਉਹ ਸਾਧੂ ਨਹੀਂ ਰਹੇ ਆਪਾਂ ਗੱਲ ਪੜਾਂਗੇ ਵੀ اٹਕ ਚੁੱਕੇ ਨੇ ਸਾਧੂ ਨਹੀਂ ਰਹੇ ਪਰ ਮਹਾਰਾਜ ਨੂੰ ਪੁੱਛੀਏ ਵੀ ਇੰਨੇ ਲੋਕ ਇਹਨਾਂ ਦੇ ਲਾਗੇ ਕਿਉਂ ਜਾ ਕੇ ਬਹਿ ਜਾਂਦੇ ਨੇ ਉਹ ਤੇ ਵੇਖੋ ਨਾ ਉਹਨਾਂ ਦੀਆਂ ਜੇਲ੍ਹ ਚ ਪੇਛੀਆਂ ਹੋ ਰੀਆਂ ਹੁੰਦੀਆਂ ਤੇ ਲੋਕੀ ਬਾਹਰ ਮਰਨ ਨੂੰ ਤਿਆਰ ਹੁੰਦੇ ਨੇ ਉਹਨਾਂ ਦੀ ਥਾਂ ਦੇ ਉੱਤੇ ਵੀ ਅਸੀਂ ਮਰਨਾ ਇਹਨਾਂ ਦੀ ਥਾਂ ਦੇ ਉੱਤੇ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੂੰ ਇੱਧਰ ਲਾਈ ਫਿਰਦੀ ਹੈ ਮਰਜ ਕਹਿੰਦੇ ਨੇ ਦਾਨੰ ਪਰਾ ਪੂਰਬੇਣ ਪੁਚੰਤੇ ਮਹੀਪਤੇ ਬਸ ਪਿਛਲੇ ਸਮੇਂ ਕੀਤੇ ਹੋਏ ਕੁਝ ਕਰਮ ਜਿਹੜੇ ਨੇ ਨਾ ਉਹ ਇਹਨਾਂ ਦੇ ਬੋਲਣ ਲੱਗ ਪੈਂਦੇ ਨੇ ਪਿਛਲੇ ਸਮੇਂ ਕੀਤੀਆਂ ਬੰਦਗੀਆਂ ਕਿਤੇ ਇਹਨਾਂ ਦੀਆਂ ਅੱਗੇ ਆ ਜਾਂਦੀਆਂ ਨੇ ਬਸ ਹੋਰ ਕੁਝ ਨਹੀਂ ਹੁੰਦਾ ਤੇ ਕਈਆਂ ਨੂੰ ਰਾਜ ਭਾਗ ਮਿਲ ਜਾਂਦਾ ਤੇ ਕਈਆਂ ਨੂੰ ਬੰਦਗੀ ਦੀ ਦਾਤ ਮਿਲ ਜਾਂਦੀ ਹੈ ਪਿਛਲੀਆਂ ਕੀਤੀਆਂ ਬਸ ਅੱਗੇ ਆ ਜਾਂਦੀਆਂ ਨੇ ਦਾਨੰ ਪਰਾ ਪੂਰਬੇਣ ਪੁਚੰਤੇ ਮਹੀਪਤੇ ਪਰਮਾਰਦ ਨਾਲ ਕੀ ਕਹਿੰਦੇ ਨੇ ਵਪਰੀਤ ਬੁੱਧਿੰ ਮਾਰਤ ਲੋਕਹਿ ਨਾਨਕ ਚਰੰਕ ਕਾਲ ਦੁਖ ਭੋਗਤੇ ਠੀਕ ਹੈ ਉਸ ਪਦਵੀ ਦੇ ਉੱਤੇ ਪਹੁੰਚ ਕੇ ਤੇ ਫਿਰ ਬੁੱਧੀ ਉਲਟੀ ਹੋ ਜਾਂਦੀ ਹੈ ਤੇ ਜਿਹੜੇ ਕੰਮ ਦੇ ਕਰਨ ਕਰਨ ਕਰਕੇ ਪਹੁੰਚੇ ਹੁੰਦੇ ਨੇ ਉਹ ਕੰਮ ਹੀ ਕਰਨੋਂ ਹਟ ਜਾਂਦੇ ਨੇ ਫਿਰ ਕੀ ਹੁੰਦਾ ਹੈ ਜੀ ਲੋਕੀ ਆ ਕੇ ਜੁੜਨੇ ਸ਼ੁਰੂ ਹੋ ਗਏ ਜਦੋਂ ਹੁਣ ਲੋਕੀ ਆ ਕੇ ਜੁੜਦੇ ਨੇ ਨਾ ਤੇ ਫਿਰ ਸੁਭਾਵਿਕ ਜੀ ਗੱਲ ਹੈ ਕਿ ਸਾਧੂ ਦਾ ਧਿਆਨ ਲੱਗਣੋਂ ਹਟ ਜਾਂਦਾ ਹੈ ਲੋਕ ਆਪਣਾ ਟੇਸਟ ਦਿੰਦੇ ਨੇ ਲੋਕ ਆਪਣਾ ਸਵਾਦ ਦਿੰਦੇ ਨੇ ਲੋਕਾਂ ਦੇ ਜੁੜਨ ਦੀ ਆਪਣੀ ਹੋਂਮੈ ਇਹ ਸ਼ਾਇਦ ਆਪ ਦੀ ਬਹੁਤੀ ਵਾਰ ਨਹੀਂ ਸਮਝ ਪਾਉਗੇ ਜਦੋਂ ਕਿਸੇ ਬੰਦੇ ਨੂੰ ਕੋਈ ਬੋਲਦਾ ਪਿਆ ਹੈ ਤੇ ਉਸ ਨੂੰ ਫਿਰ ਸੁਣਨ ਵਾਲਾ 1000 ਜਣਾ ਹੋਵੇ 2000 ਜਣ ਵਾਲਾ ਹੋਵੇ ਨਾ 2000 ਜਣਾ ਉਹਨੂੰ ਸੁਣਨ ਵਾਲਾ ਹੋਵੇ ਤੇ ਉਹਨੂੰ ਇਸ ਗੱਲ ਦੀ ਮਨ ਦੇ ਵਿੱਚ ਇੱਕ ਸੂਖਮ ਹੌਮੇ ਹੁੰਦੀ ਆ ਵੀ ਹਾਂ ਮੈਨੂੰ 2000 ਜਾਣਾਂ ਸੁਣਦਾ ਹੈ ਇਹ ਟੇਸਟ ਦਿੰਦੀ ਹੈ ਚੀਜ਼ ਉਹਨੂੰ ਸਵਾਦ ਦਈ ਜਾਂਦੀ ਹੈ ਉਸੇ ਹੀ ਬੰਦੇ ਨੂੰ ਇੱਕ ਕਿਸੇ ਦੇ ਉੱਤੇ ਚੰਗੇ ਮਾੜੇ ਹੋਣ ਵਾਲੀ ਗੱਲ ਨਹੀਂ ਪਰ ਇਸ ਨੂੰ ਸੋਚ ਕੇ ਵੇਖਿਓ ਉਸੇ ਬੰਦੇ ਨੂੰ ਕਿਤੇ ਤੁਸੀਂ ਬਿਠਾ ਦਿਓ ਜਿਹਨੂੰ ਰੋਜ਼ 2000 ਜਾਣੇ ਸੁਣਦੇ ਨੇ ਉਹਨੂੰ ਤੁਸੀਂ ਬਿਠਾ ਦਿਓ ਵੀ ਹੁਣ ਅੱਗੇ ਤੇਰੇ ਬਸ 2k ਜਾਣੇ ਵੇਚਣੇ ਤੂੰ ਇਹਨਾਂ ਨੂੰ ਗੱਲ ਸੁਣਾਉਣੀ ਹੈ ਉਹਦੇ ਕੋਲੋਂ ਗੱਲ ਹੀ ਨਹੀਂ ਸੁਣਾਈ ਜਾਵੇਗੀ ਗੱਲ ਹੀ ਨਹੀਂ ਸੁਣਾ ਪਾਵੇਗਾ ਕਿਉਂ ਨਹੀਂ ਸੁਣਾ ਪਾਵੇਗਾ ਹੁਣ ਟੇਸਟ ਨਹੀਂ ਆ ਰਿਹਾ ਉਹਨੂੰ ਸਵਾਦ ਨਹੀਂ ਆ ਰਿਹਾ ਕਿਉਂਕਿ ਉਹ ਬੰਦਿਆਂ ਦੀ ਇੱਕ ਹਉਮੈ ਹੈ ਉਹ ਬੰਦਿਆਂ ਦੀ ਇੱਕ ਇਕੱਠੇ ਬੈਠਣ ਦਾ ਇੱਕ ਉਹਦੇ ਮਨ ਦੇ ਵਿੱਚ ਖਿਆਲ ਆ ਰਿਹਾ ਵੀ ਵੇਖੋ ਕਿੱਡੀ ਵੱਡੀ ਪਬਲਿਕ ਮੈਨੂੰ ਸੁਣਦੀ ਪਈ ਹੈ ਉਹ ਤਾਂ ਹੀ ਸੁਣਾਵੇਗਾ ਨਹੀਂ ਤੇ ਨਹੀਂ ਸੁਣਾਵੇਗਾ ਇਸੇ ਕਰਕੇ ਤੁਸੀਂ ਵੇਖ ਲਓ ਬਹੁਤੇ ਬੰਦੇ ਭਾਵੇਂ ਪ੍ਰਚਾਰਕ ਹੋਣ ਤੇ ਭਾਵੇਂ ਦੂਜੇ ਹੋਣ ਉਹ ਨਾਰਾਜ਼ ਹੋ ਜਾਂਦੇ ਨੇ ਵੀ ਤੁਹਾਡੇ ਕੋਲ ਤਾਂ ਸੰਗਤ ਹੀ ਨਹੀਂ ਇਕੱਠੀ ਕੀਤੀ ਗਈ ਇਹ ਵੀ ਪ੍ਰੋਬਲਮ ਹੈ ਉਹਨਾਂ ਨੂੰ ਚਾਹੀਦਾ ਵੀ ਦੀਵਾਨ ਲਾਈਏ ਪਰ ਦੀਵਾਨ ਦੇ ਅੱਗੇ 1000 2000 ਬੰਦਾ ਬੈਠਾ ਹੋਵੇ ਤੇ ਫਿਰ ਤੇ ਮੰਨਦੇ ਆ ਵੀ ਦੀਵਾਨ ਲੱਗਦਾ ਹੈ ਉਹ ਇਹਨਾਂ ਨੂੰ ਤੇ ਮੈਂ ਲਫ਼ਜ਼ ਵਰਤਦਾ ਹਾਂ ਮਹਾਰਾਜ ਬਖਸ਼ ਲਵੇ ਇਹਨਾਂ ਨੂੰ ਤੇ ਦੀਵਾਨ ਹੀ ਨਹੀਂ ਮੰਨਦੇ ਇਹਨਾਂ ਨੂੰ ਤੇ ਦੀਵਾਨ ਹੀ ਨਹੀਂ ਮੰਨਦੇ ਉਹਨਾਂ ਨੂੰ ਤੇ ਦੀਵਾਨ ਇਹ ਆ ਵੀ ਬੜਾ ਵੱਡਾ ਪੰਡਾਲ ਲੱਗਾ ਹੋਵੇ ਤੇ ਫਿਰ ਦੂਰੋਂ ਦੂਰੋਂ ਆਏ ਹੋਣ ਲੋਕ ਤੇ ਫਿਰ ਦੀਵਾਨ ਹੈ ਉਹ ਆ ਰੋਜ਼ ਵਾਲੇ ਤੇ ਦੀਵਾਨਾਂ ਦੀ ਗਿਣਤੀ ਵੀ ਨਹੀਂ ਆਉਂਦੀ ਇਹ ਤੇ ਗਿਣਤੀ ਤੇ ਵੀ ਨਹੀਂ ਆਉਂਦੇ ਉਹਨੂੰ ਕੀ ਕਿਹਾ ਜਾਂਦਾ ਹੈ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਹੈ ਵੀ ਬੰਦਗੀ ਤੁਰੇ ਸੀ ਬੰਦਗੀ ਕਰਨ ਦੇ ਲਈ ਬੰਦਗੀ ਨੇ ਆਪਣਾ ਅਸਰ ਵਿਖਾਤਾ ਤਾਂ ਤੇ ਲੋਕ ਲੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਾਧੂਆਂ ਦੇ ਲੱਗੇ ਤਰੀਕਿਆਂ ਤਰੀਕਿਆਂ ਦੇ ਲੋਕ ਕੋਈ ਸੇਵਾ ਕਰਨ ਵਾਲੇ ਕੋਈ ਆਖੇ ਲੱਗਣ ਵਾਲੇ ਤੇ ਜਦੋਂ ਹੁਣ ਹਰ ਤਰੀਕੇ ਦੇ ਲੋਕ ਨੇ ਤੇ ਸਾਧੂ ਦੇ ਕੋਲ ਗੁੰਡੇ ਕਿਉਂ ਨਾ ਹੋਣਗੇ ਕਹਿਣ ਨੂੰ ਲਫ਼ਜ਼ ਸਾਧੂ ਵਰਤਦਾ ਪਿਆਹਾ ਕਿਉਂਕਿ ਮਹਾਰਜ ਨੇ ਬੋਲਿਆ ਹੈ ਕਿੰਨੇ ਉਹਨਾਂ ਨੇ ਇਦਾਂ ਦੇ ਵੀ ਲੋਕ ਵੀ ਰਖੇ ਪਹਿਲਾਂ ਤਾਂ ਸਿੱਧੇ ਮਨਾਵਾਂਗੇ ਜੇ ਸਿੱਧੇ ਨਹੀਂ ਮੰਨ ਗਏ ਤਾਂ ਫਿਰ ਦੂਜੇ ਤਰੀਕੇ ਨਾਲ ਤੇ ਆਪਾਂ ਮਨਵਾ ਹੀ ਲੈਣਾ ਕਿੰਨੇ ਬਾਬਿਆਂ ਦੇ ਕੇਸ ਨੇ ਜਿਹੜੇ ਇਹਨਾਂ ਕਮਾਂ ਉੱਤੇ ਚੱਲਦੇ ਪਏ ਨੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਬਿਠੇ ਤੁਰੇ ਸੀ ਬੰਦਗੀ ਕਰਨ ਦੇ ਲਈ ਤੇ ਅਟਕ ਗਏ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਰੁਕ ਕਿੱਥੇ ਗਏ ਜ਼ਮੀਨਾਂ ਦੇ ਉੱਤੇ ਰੁਕ ਕਿੱਥੇ ਗਏ ਪਬਲਿਕ ਦੇ ਉੱਤੇ ਰੁਕ ਕਿੱਥੇ ਗਏ ਵੀ ਆ ਜਿਹੜਾ ਸਾਰਾ ਕੁਝ ਬਣਿਆ ਹੈ ਨਾ ਇਹ ਕਿਤੇ ਖਤਮ ਨਾ ਹੋ ਜਾਵੇ ਇਹ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਹੈ ਮੈਨੂੰ ਕਹਿੰਦਾ ਮੈਂ ਸੁਣਾ ਰਿਹਾ ਹਾਂ ਮਹਾਰਾਜ ਜੀ ਨੇ ਸਾਨੂੰ ਵਿਸ਼ਾ ਹੀ ਇਦਾਂ ਦਾ ਦਿੱ ਦਿੱਤਾ ਕਹਿੰਦੇ ਸਾਧੂਆਂ ਦੇ ਸੁਭਾਅ ਲਾਗੇ ਵੇਖਿਓ ਵੀ ਉਹਨਾਂ ਨੂੰ ਗੱਲਾਂ ਕਿਹੜੀਆਂ ਪਸੰਦ ਆਉਂਦੀਆਂ ਨੇ ਤੇ ਬਖਸ਼ ਲਿਓ ਬਾਬਾ ਮੈਂ ਗਿਆਨੀ ਸੰਤ ਸਿੰਘ ਮਸਕੀਨ ਹੁਣ ਦੇ ਇੱਕ ਗੱਲ ਕਰਦਾ ਹੁੰਨਾ ਹਾਂ ਅਕਸਰ ਕਰਦਾ ਹੁੰਨਾ ਜਦੋਂ ਕਿਤੇ ਇਹ ਵਿਸ਼ਾ ਆ ਜਾਂਦਾ ਹੈ ਉਹ ਕਹਿੰਦੇ ਮੈਨੂੰ ਕਿਸੇ ਡੇਰੇ ਦੇ ਵਿੱਚ ਕਥਾ ਸੁਣਨ ਕਥਾ ਕਰਨ ਜਾਣ ਦਾ ਮੌਕਾ ਮਿਲ ਗਿਆ ਤੇ ਕਹਿੰਦੇ ਜਿਹੜੇ ਡੇਰੇ ਦੇ ਵਿੱਚ ਮੈਂ ਕਥਾ ਕਰਨ ਦੇ ਲਈ ਜਾਣਾ ਸੀ ਉਸ ਬਾਬੇ ਦੇ ਤੇਲੇ ਅੱਗੇ ਪਿੱਛੇ ਤੁਰੇ ਫਿਰਨ ਸੁਭਾਵਿਕ ਜੀ ਗੱਲ ਹੈ ਸਾਰੀਆਂ ਥਾਵਾਂ 'ਤੇ ਹੁੰਦੇ ਨੇ ਉਹ ਅੱਗੇ ਪਿੱਛੇ ਤੁਰੇ ਫਿਰਨ ਤੇ ਮੈਨੂੰ ਕਦੀ ਕਿਸੇ ਗੱਡੀ ਵੱਲ ਲੈ ਜਾਣੇ ਵੀ ਆਹ ਗੱਡੀ ਸਾਡੇ ਬਾਬਾ ਜੀ ਦੀ ਹੈ ਆਹ ਗੱਡੀ ਸਾਡੇ ਬਾਬਾ ਜੀ ਦੀ ਹੈ ਇਹ ਸੁਭਾਵਿਕ ਜੀ ਗੱਲ ਹੈ ਇਹ ਦੁਨਿਆਵੀ ਦੀ ਸੋਚ ਹੈ ਜਿੱਦਾਂ ਦੁਨਿਆਵੀ ਬੰਦੇ ਦੇ ਕੋਲ ਜਾਈਏ ਤੇ ਆਪਣਾ ਘਰ ਵਿਖਾਉਂਦਾ ਫਿਰੇ ਤੇ ਜੇ ਸਾਧੂ ਨੇ ਵੀ ਆਪਣਾ ਡੇਰਾ ਵਿਖਾਉਣਾ ਤੇ ਸਾਧੂ ਤੇ ਘਰ ਦੇ ਵਿੱਚ ਰਹਿਣ ਵਾਲੇ 'ਚ ਕੀ ਫਰਕ ਹੈ ਕੋਈ ਤੁਹਾਨੂੰ ਫਰਕ ਲੱਗਦਾ ਵੀ ਇੱਕ ਜਣਾ ਕਹਿ ਰਿਹਾ ਵੀ ਆ ਮੇਰੇ ਕੋ 15 ਲੱਖ ਦੀ ਗੱਡੀ ਹੈ ਮੈਂ ਮਿਹਨਤ ਨਾਲ ਕਮਾਈ ਹੈ ਦੂਜਾ ਕਹਿੰਦਾ ਵੀ ਨਹੀਂ ਜੀ ਆ ਵੇਖੋ ਸਾਡੇ ਬਾਬਾ ਜੀ ਦੇ ਕੋਲ 20 ਲੱਖ ਦੀ ਹੋਵੇ ਜਾਂ 20 ਲੱਖ ਦੀ ਨਾ ਵੀ ਹੋਵੇ ਭਾਵੇਂ 5 ਲੱਖ ਦੀ ਹੋਵੇ ਜੇ ਸਾਧੂ ਵੀ ਗੱਡੀਆਂ ਹੀ ਵਿਖਾਈ ਜਾ ਰਿਹਾ ਹੈ ਤੇ ਕੀ ਫਰਕ ਹੈ ਸਾਧੂ ਦੇ ਵਿੱਚ ਤੇ ਘਰ ਦੇ ਵਿੱਚ ਰਹਿਣ ਵਾਲੇ ਬੰਦੇ ਦੇ ਵਿੱਚ ਕੋਈ ਫਰਕ ਤੇ ਨਹੀਂ ਹੈ ਨਾ ਦੁਨੀਆ ਚੀਜ਼ਾਂ ਉਹੀ ਵਿਖਾਈ ਜਾਂਦਾ ਦੁਨੀਆਵੀ ਚੀਜ਼ਾਂ ਉਹ ਵਿਖਾਈ ਜਾਂਦਾ ਉਹ ਮਸਕੀਨ ਸਾਹਿਬ ਕਹਿੰਦੇ ਵੀ ਕਦੀ ਕਿਸੇ ਗੱਡੀ ਦੇ ਕੋਲ ਕਦੀ ਕਿਸੇ ਗੱਡੀ ਦੇ ਕੋਲ ਤੇ ਕਹਿੰਦੇ ਮੈਂ ਫਿਰ ਹਾਰ ਕੇ ਕਹਿ ਦਿੱਤਾ ਵੀ ਰੱਬ ਦੀ ਬਖਸ਼ਿਸ਼ ਹੈ ਮੈਂ ਬੜਿਆਂ ਦੇਸ਼ਾਂ 'ਚ ਕਥਾ ਕਰਨ ਜਾਂਦਾ ਤੇ ਜਿਤੋਂ ਵਧੀਆ ਗੱਡੀਆਂ ਮੈਂ ਵੇਖ ਚੁੱਕਾ ਮੈਨੂੰ ਆਪਣੇ ਬਾਬੇ ਨਾਲ ਮਿਲਿਆ ਉਹ ਤੇ ਮੈਂ ਉਹਦੇ ਨਾਲ ਬਹਿ ਕੇ ਕੋਈ ਰੱਬ ਦੀ ਗੱਲ ਕਰਾਂ ਵੀ ਉਹਦੇ ਵਿੱਚੋਂ ਰੱਬ ਦੀ ਗੱਲ ਮੈਨੂੰ ਕਿਹੜੀ ਪਤਾ ਲੱਗਦੀ ਹੈ ਤੇ ਹੁਣ ਚੇਲਿਆਂ ਨੂੰ ਗੁੱਸਾ ਆ ਗਿਆ ਵੀ ਇਹ ਸਾਡੇ ਬਾਬੇ ਨੂੰ ਕਿੱਦਾਂ ਬੋਲਦਾ ਮਤਲਬ ਹੁਣ ਸਾਧੂ ਦੇ ਕੋਲ ਰੱਬ ਦੀ ਗੱਲ ਹੋਵੇ ਤੇ ਵਿਚਾਰਾ ਰੱਬ ਦੀ ਗੱਲ ਕਰੇ ਸਾਧੂ ਤੇ ਲੋਕਾਂ ਦੇ ਤੇ ਇਸ ਗੱਲ ਦਾ ਪ੍ਰਭਾਵ ਪਾਉਣਾ ਚਾਹੁੰਦੇ ਨੇ ਵੀ ਵੇਖੋ ਬਾਬੇ ਦਾ ਡੇਰਾ ਕਿੱਡਾ ਵੱਡਾ ਹੈ ਬਾਬਿਆਂ ਦੇ ਡੇਰਿਆਂ ਦੇ ਤੁਸੀਂ ਵੇਖੋ ਵੀ ਏਰੀਏ ਕਿੱਡੇ ਵੱਡੇ ਨੇ ਦੁਨੀਆ ਵੇਖਦਿਆਂ ਜਾਵੇ ਵੀ ਹੋਏ ਐਡਾ ਵੱਡਾ ਡੇਰਾ ਬਾਬੇ ਦਾ ਤੇ ਬਾਬਾ ਇਨੀ ਸੰਗਤ ਇਕੱਠੀ ਕਰ ਲੈਂਦਾ ਇਮਪ੍ਰੈਸ਼ਨ ਤੇ ਇਸੇ ਚੀਜ਼ ਦਾ ਸਾਧੂ ਪਾਉਣਾ ਚਾਹੁੰਦਾ ਹੈ ਸਾਧੂ ਦੇ ਬੋਲਾਂ ਦੇ ਵਿੱਚ ਕੀ ਹੈ ਕੁਝ ਵੀ ਨਹੀਂ ਤੇ ਮਰਦ ਕੀ ਕਹਿੰਦੇ ਨੇ ਤੁਰੇ ਤੇ ਸੀ ਰੱਬ ਦੀ ਭਗਤੀ ਕਰਨ ਦੇ ਲਈ ਟੱਕ ਕੇ ਡੇਰਿਆਂ ਦੀਆਂ ਦੀਵਾਰਾਂ ਦੇ ਉੱਤੇ ਸਿਰਫ ਡੇਰਿਆਂ ਦੀਆਂ ਦੀਵਾਰਾਂ ਦੇ ਉੱਤੇ ਨਹੀਂ ਡੇਰਾ ਤੇ ਲਫ਼ਜ਼ ਹੈ ਸਾਧੂ ਜਿਹੜੇ-ਜਿਹੜੇ ਬੰਦੇ ਵੀ ਤੁਰੇ ਸੀ ਰੱਬ ਦੀ ਬੰਦਗੀ ਕਰਨ ਦੇ ਲਈ اٹਕ ਗਏ ਵੀ ਹੁਣ ਲੋਕ ਸਾਨੂੰ ਸੁਣਦੇ ਪਏ ਨੇ ਬਸ ਆਪਣੇ ਟੇਸਟ ਦੇ ਵਿੱਚ ਲੱਗੇ ਹੋਏ ਨੇ ਕਿ ਆ ਜੋ ਚੱਲਦਾ ਪਿਆ ਹੈ ਨਾ ਇਹ ਨਾ ਖਤਮ ਹੋਵੇ ਜੇ ਖਤਮ ਹੋ ਗਿਆ ਤਾਂ ਉਹਨਾਂ ਨੂੰ ਲੱਗੇਗਾ ਕਿ ਹਾਏ ਸਾਡਾ ਕੀ ਬਣੇਗਾ ਮੈਂ ਅਕਸਰ ਕਹਿ ਦਵਾਂ ਇੱਕ ਬਚਨ ਹੈ ਭਾਈ ਵੀਰ ਸਿੰਘ ਹੁਣਾਂ ਨੇ ਬੋਲਿਆ ਹੈ ਕਬਾਲ ਗੁੰਡਾਈ ਦੇ ਬਾਰੇ ਮਹਾਰਾਜ ਜੀ ਦੇ ਸੰਗਤ ਦੇ ਵਿੱਚ ਆਇਆ ਸੀ ਅਟਕ ਜਾਣ ਦੀ ਗੱਲ ਵੀ ਰੁਕ ਜਾਂਦੇ ਹਾਂ ਅਸੀਂ ਵੀ ਪਾਠ ਕੀਤਾ ਹੈ ਲੋਕੀ ਚਾਰ ਮੱਥਾ ਟੇਕਦੇ ਪਏ ਨੇ ਇਹ ਉਹਨਾਂ ਸਾਧੂਆਂ ਦੇ ਬਾਰੇ ਵੀ ਚਾਰ ਲੋਕ ਮੱਥਾ ਟੇਕਦੇ ਪਏ ਨੇ ਆਈ ਚਲਾਈ ਵਧੀਆ ਚੱਲਦੀ ਨਾ ਬਾਬੇ ਨੂੰ ਕੁਝ ਕਮਾਉਣਾ ਪੈਂਦਾ ਨਾ ਖਾਣਾ ਪੈਂਦਾ RAM ਦੇ ਨਾਲ ਜੋ ਲੰਗਰ 'ਚ ਬਣਿਆ ਖਾ ਲਿਆ ਸਭੋਂ ਘਰ ਦੇ ਵਿੱਚ ਤੇ ਮਿਹਨਤ ਕਰਕੇ ਲਿਆਉਣਾ ਹੈ ਉੱਥੇ ਜੇ 100 ਜਾਣੇ ਆਉਂਦੇ ਨੇ ਤੇ 100 ਜਾਣੇ ਦੇ ਘਰ ਦੇ ਵਿੱਚ ਇੱਕ ਇੱਕ ਚੀਜ਼ ਵੀ ਬਣੇ ਤੇ 100 ਚੀਜ਼ਾਂ ਤੇ ਨਾਰਮਲ ਹੀ ਪਹੁੰਚ ਜਾਂਦੀਆਂ ਨੇ ਨਾ ਔਰ ਇਹ ਨਹੀਂ ਕਿ ਪਹੁੰਚਣੀਆਂ ਨਹੀਂ ਚਾਹੀਦੀਆਂ ਗੁਰੂ ਦੀ ਕਿਰਪਾ ਹੈ ਗੁਰਦੁਆਰਿਆਂ ਵਿੱਚ ਵੀ ਆਉਂਦਾ ਹੈ ਆ ਜਾਵੇ ਆਉਣ ਤੋਂ ਇਸ ਕੱਲ ਤੋਂ ਦਿੱਕਤ ਨਹੀਂ ਹੈ ਵੀ ਕਿਉਂ ਆਉਂਦੀਆਂ ਨੇ ਪਰ ਗੱਲ ਇਹ ਵੀ ਇੰਨਾ ਕੁਝ ਆਉਣ ਦੇ ਬਾਵਜੂਦ ਵੀ ਸਾਧੂ ਅੱਗੋਂ ਸਿੱਖਿਆ ਕੀ ਦੇ ਰਿਹਾ ਹੈ ਸਾਧੂ ਅੱਗੋਂ ਸੁਣਾ ਕੀ ਰਿਹਾ ਹੈ ਉਹ ਕੀ ਹੋਇਆ ਹੈ ਕਿ ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਐਡਾ ਵੱਡਾ ਭਰਮ ਭਾਅ ਬਣਿਆ ਐਡੀਆਂ ਵੱਡੀਆਂ ਗੱਲਾਂ ਬਣੀਆਂ ਨੇ ਵੀ ਚਾਰ ਜਾਣੇ ਸੁਣਨ ਆਉਂਦੇ ਨੇ ਚਾਰ ਜਾਣਿਆਂ ਨੂੰ ਮੈਂ ਗੱਲਾਂ ਦੱਸਦਾ ਹਾਂ ਕੋਈ ਆ ਗਿਆ ਕੋਈ ਚਲਾ ਗਿਆ ਕਿੱਡਾ ਵੱਡਾ ਟੈਸਟ ਬਣਿਆ ਰਹਿੰਦਾ ਹੈ ਨਾ ਇਹ ਬੜਾ ਵੱਡਾ ਟੇਸਟ ਹੈ ਸਾਧੂ ਦੇ ਮਨ ਦੇ ਵਿੱਚ ਭਾਵੇਂ ਉਹ ਸਾਧੂ ਨਹੀਂ ਹੈ ਤੇ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਿਆ ਸੀ ਬਾਲ ਗੁੰਦਾਈ ਤੇ ਹੋਇਆ ਕੀ ਇਹ ਇਦਾਂ ਦਾ ਸਾਧੂ ਸੀ ਜ਼ਰੂਰੀ ਨਹੀਂ ਕਿ ਸਾਰੇ ਇੱਕੋ ਜਿਹੇ ਹੁੰਦੇ ਨੇ ਇਹ ਸਾਧੂ ਇਦਾਂ ਦਾ ਸੀ ਕਿ ਚੰਗੀ ਪਲੀ ਬੰਦਗੀ ਵਾਲਾ ਬੰਦਾ ਸੀ ਭਗਤੀ ਵੀ ਕਰਦਾ ਸੀ ਤੇ ਆਮ ਜੀ ਗੱਲ ਹੁੰਦੀ ਹੈ ਕਿ ਕਿਸੇ ਵੇਲੇ ਅਸੀਂ ਸੋਚਦੇ ਹਾਂ ਕਿ ਭਾਈ ਅਸੀਂ ਸਾਰਿਆਂ ਤੱਕ ਨਹੀਂ ਪਹੁੰਚ ਪਾਉਂਦੇ ਤੇ ਅਸੀਂ ਕਿਸੇ ਸੰਸਥਾ ਨੂੰ ਪੈਸਾ ਦੇ ਦਈਏ ਜਿੱਥੋਂ ਤੱਕ ਸਾਡੀ ਉਹ ਸੰਸਥਾ ਜਾ ਕੇ ਲੋਕਾਂ ਦੇ ਵਿੱਚ ਸੇਵਾ ਕਰ ਦੇਵੇ ਅਸੀਂ ਸਾਰਿਆਂ ਤੱਕ ਨਹੀਂ ਪਹੁੰਚ ਪਾਉਂਦੇ ਨਾ ਇਸ ਕਰਕੇ ਅਸੀਂ ਸੰਸਥਾ ਨੂੰ ਪੈਸੇ ਦੇ ਦਿਤੇ ਤੇ ਸੰਸਥਾ ਸਾਰਿਆਂ ਦੀ ਸੇਵਾ ਕਰ ਦੇਵੇ ਹੁਣ ਇਹਦਾ ਡੇਰਾ ਇਦਾਂ ਦਾ ਸੀ ਵੀ ਲੋਕਾਂ ਨੇ ਇਹਦੇ ਡੇਰੇ ਦੇ ਵਿੱਚ ਚੀਜ਼ਾਂ ਚੜਾ ਜਾਣੀਆਂ ਆਮ ਚੜ੍ਹਦੀਆਂ ਨੇ ਤੇ ਇੰਨੀ ਅੱਗੋਂ ਕੀ ਕਰਨਾ ਆਪਣੇ ਕੋਲ ਨਹੀਂ ਕੁਝ ਰੱਖਣਾ ਇਹਨੇ ਜਿਹੜੀਆਂ ਚੀਜ਼ਾਂ ਮਿਲਣੀਆਂ ਇਹਨੇ ਅੱਗੇ ਲੋਕਾਂ ਦੇ ਵਿੱਚ ਵੰਡ ਦੇਣੀਆਂ ਕਿੱਡਾ ਵਧੀਆ ਚੀਜ਼ ਲੱਗਦੀ ਨਾ ਵੀ ਲੋਕੀ ਚੀਜ਼ਾਂ ਚੜਾਈ ਜਾਣ ਤੇ ਅਗਲਾ ਚੀਜ਼ ਵੰਡੀ ਜਾਵੇ ਆਪਣੇ ਕੋਲ ਕੁਝ ਨਹੀਂ ਰੱਖਣਾ ਤੇ ਇਹਦੀ ਕੋਸ਼ਿਸ਼ ਇਹ ਸੀ ਵੀ ਲਾਗੇ ਕੋਈ ਭੁੱਖਾ ਨਾ ਰਿਹਾ ਕਰੇ ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਉਹਦੀ ਮੈਂ ਲੋੜ ਪੂਰੀ ਕਰ ਦੇਵਾਂ ਉਹ ਫਿਰ ਕੀ ਹੋਇਆ ਕਾਫੀ ਸਮਾਂ ਇਦਾਂ ਚੱਲਦਾ ਰਿਹਾ ਤੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਦਿਨ ਆਗੇ ਤੇ ਕਹਿੰਦੇ ਇਹਦੇ ਡੇਰੇ ਤੋਂ ਥੋੜਾ ਜਿਆ ਨਾ ਬਾਹਰ ਮਹਾਰਾਜ ਜੀ ਰਾਤ ਦੇ ਸਮੇਂ ਲੇਟ ਗਏ ਤੁਹਾਨੂੰ ਪਤਾ ਲੱਗਾ ਵੀ ਸਾਧੂ ਆਇਆ ਹੈ ਕੋਈ ਤੋ ਸੋਚਦਾ ਵੀ ਬੜੀ ਬੁਰੀ ਜੀ ਗੱਲ ਐ ਵੀ ਮੈਂ ਹੋਵਾਂ ਇੱਥੇ ਤੇ ਕਹਿੰਦਾ ਵੀ ਮੈਂ ਸੇਵਾ ਕਰਦਾ ਹਾਂ ਤੇ ਫਿਰ ਵੀ ਸਾਧੂ ਰਾਤ ਬਾਹਰ ਕੱਢੇ ਨਾ ਮੇਰੇ ਡੇਰੇ ਤੋਂ ਤੇ ਮੈਨੂੰ ਚੰਗਾ ਜਿਆ ਨਹੀਂ ਲੱਗਦਾ। ਤੋ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਆਓ। ਚਲੋ ਉੱਥੇ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਮਹਾਰਾਜ ਜੀ ਪਹੁੰਚ ਜਾਂਦੇ ਨੇ। ਦਾਤਾਰਿਕ ਗੱਲ ਕਹਿੰਦੇ ਨੇ। ਤੇ ਮੈਨੂੰ ਇੱਕ ਗੱਲ ਦੱਸੋ। ਤੇ ਵੀ ਆ ਜੋ ਤੁਸੀਂ ਕਰਦੇ ਪਏ ਜੇ ਵੀ ਲੋਕੀ ਤੁਹਾਡੇ ਕੋਲ ਚੀਜ਼ਾਂ ਲੈ ਕੇ ਆਉਂਦੇ ਨੇ। ਤੁਸੀਂ ਆਪਣੇ ਕੋਲੋਂ ਨਹੀਂ ਕੁਝ ਰੱਖਦੇ ਆਪਣੇ ਕੋਲ ਦੀ ਕੁਝ ਰੱਖਦੇ ਅੱਗੇ ਵੰਡ ਦਿੰਦੇ ਜੀ ਵੇਖਣ ਨੂੰ ਬਹੁਤ ਵਧੀਆ ਲੱਗਦਾ ਹੈ ਪਰ ਕਹਿੰਦੇ ਧਿਆਨ ਦੇ ਨਾਲ ਸੋਚਿਓ ਤੁਸੀਂ ਇਸ ਚੀਜ਼ ਦੇ ਵਿੱਚ اٹਕ ਚੁੱਕੇ ਜੇ ਰੁਕ ਚੁੱਕੇ ਜੇ ਤੁਸੀਂ ਇਸ ਚੀਜ਼ ਦੇ ਵਿੱਚ ਤੁਹਾਨੂੰ ਇਹ ਚੀਜ਼ ਟੇਸਟ ਦੇ ਰਹੀ ਹੈ ਹੁਣ ਤੁਸੀਂ ਨਿਕਲਣਾ ਨਹੀਂ ਚਾਹੁੰਦੇ ਅੱਗੇ ਤੇ ਮਹਾਰਾਜ ਜੀ ਨੂੰ ਪੁੱਛਦਾ ਵੀ ਕਿਦਾਂ ਸਤਗੁਰੂ ਕਹਿੰਦੇ ਵੀ ਜੇਕਰ ਜੋ ਤੂੰ ਅੱਜ ਕਰਦਾ ਪਿਆ ਹੈ ਅੱਜ ਤੇਰੇ ਕੋਲ ਬੜੀਆਂ ਲੋਕਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਤੇ ਤੂੰ ਵੰਡੀ ਜਾਣਾ ਹੈ ਤੇ ਸੋਚ ਭਲਾ ਕੱਲ ਨੂੰ ਤੇਰੇ ਕੋਲ ਲੋਕ ਚੀਜ਼ਾਂ ਨਿਹਾਉਣੀਆਂ ਬੰਦ ਕਰ ਦੇਣ ਤੇ ਜਦੋਂ ਤੀਜਾਂ ਬੰਦ ਹੋ ਗਈ ਤਾਂ ਤੂੰ ਕੀ ਵੰਡੇਗਾ ਤੂੰ ਵੰਡਣਾ ਬੰਦ ਕਰ ਦੇਣਾ ਤੇ ਜਦੋਂ ਤੂੰ ਵੰਡਣਾ ਬੰਦ ਕਰਕੇ ਵਿਹਲਾ ਬੈਠੇਗਾ ਨਾ ਵੀ ਨਾ ਤੇਰੇ ਕੋਲ ਕੋਈ ਆਉਣ ਆਉਣ ਨੂੰ ਬੈਠਾ ਨਾ ਤੇਰੇ ਕੋਲ ਕੋਈ ਜਾਣ ਨੂੰ ਬੈਠਾ ਤੈਨੂੰ ਗੁੱਸਾ ਆਈ ਜਾਣਾ ਆਪਣੇ ਆਪ ਤੇ ਵੀ ਕਿੱਡਾ ਵਧੀਆ ਪਹਿਲਾਂ ਚੱਲਦਾ ਹੁੰਦਾ ਸੀ ਕੰਮ ਵੀ ਕੋਈ ਆ ਗਿਆ ਤੇ ਕਿਸੇ ਨੂੰ ਵੰਡ ਦਿੱਤਾ ਇੱਕ ਸਰਕਲ ਜਿਹਾ ਬਣਿਆ ਸੀ ਨਾ ਤੇਰਾ ਤੈਨੂੰ ਉਸ ਸਰਕਲ ਨੇ ਸੋਚਣ ਹੀ ਨਹੀਂ ਦਿੱਤਾ ਕਿ ਗਾਂਵ ਵੀ ਕੁਝ ਕਰਨਾ ਹੈ ਤੇ ਜਿੱਦਣ ਤੇਰਾ ਸਰਕਲ ਟੁੱਟ ਗਿਆ ਤੈਨੂੰ ਫਰਸਟ੍ਰੇਸ਼ਨ ਆਉਣ ਲੱਗ ਪਈਣੀ ਹੈ ਤੈਨੂੰ ਗੁੱਸਾ ਆਉਣ ਲੱਗ ਪਣਾ ਹੁਣ ਤੇਰੇ ਲਈ ਬੜਾ ਵਧੀਆ ਚੱਲਦਾ ਪਿਆ ਤੇ ਮਰਦ ਕਹਿੰਦੀ ਤੂੰ ਨਹੀਂ ਰੁਕਿਆ ਫਿਰ ਇੱਥੇ ਤੇ ਸਤਿਗੁਰੂ ਨੇ ਫਿਰ ਇੱਕ ਉਦਾਹਰਣ ਦਿੱਤੀ ਸੀ ਉਦਾਹਰਣ ਤੇ ਵੈਸੀ ਖੂਹ ਦੀ ਸੀ ਚਲੋ ਇੱਥੇ ਸਮਝ ਘਟ ਆਉਂਦੀ ਹੈ ਤੇ ਮੈਂ ਇਸ ਕਰਕੇ ਕਹਿ ਦੇਣਾ ਹੁਣਾ ਕਿ ਆਪਾਂ ਕਿਸੇ ਵੀ ਗਲਾਸ ਦੇ ਵਿੱਚ ਪਾਣੀ ਪੀਣਾ ਹੋਵੇ ਨਾ ਫਿਲਟਰ ਤੋਂ ਲੈ ਕੇ ਜਾਂ ਕਿਸੇ ਵੀ ਟੂਟੀ ਤੋਂ ਪਾਣੀ ਲੈਣਾ ਹੋਵੇ ਤੇ ਗਲਾਸ ਜਦੋਂ ਭਰ ਜਾਂਦਾ ਪਾਣੀ ਦੇਸੀਂ ਪੀ ਲੈਨੇ ਆ ਪਰ ਗਲਾਸ ਨੂੰ ਥੋੜਾ ਜਿਹਾ ਪਾਣੀ ਲੱਗਾ ਹੀ ਰਹਿ ਜਾਂਦਾ ਏਦਾਂ ਹੁੰਦਾ ਸਾਡੇ ਨਾਲ ਚੀਜ਼ ਕਿਸੇ ਦੀ ਅਸੀਂ ਤੇ ਗਾਹ ਵੰਡ ਦਿੱਤੀ ਹੈ ਉਹ ਜਿੱਦਾਂ ਗਲਾਸ ਨੂੰ ਥੋੜਾ ਜਿਹਾ ਪਾਣੀ ਲੱਗਾ ਰਹਿ ਜਾਂਦਾ ਨਾ ਉਹ ਲੇਸ ਸਾਨੂੰ ਲੱਗੀ ਰਹਿ ਜਾਂਦੀ ਹੈ ਉਹ ਗਿੱਲਾ ਹੋਣਾ ਸਾਡੇ ਮਨ ਚ ਰਹਿ ਜਾਂਦਾ ਵੀ ਹਾਂ ਮੈਂ ਵੰਡਿਆ ਸੀ ਉਹ ਮੈਂ اٹਕ ਜਾਂਦੀ ਹੈ ਸਾਡੀ ਬਸ ਅਸੀਂ اٹਕ ਜਾਂਨੇ ਹਾਂ ਇੱਥੇ ਬਾਬਾ ਕਬੀਰ ਨੇ ਉਹਨਾਂ ਦੀ ਗੱਲ ਕੀਤੀ ਉਹ ਮਰਦ ਕਹਿੰਦੇ ਵੀ ਤੁਰੇ ਤੇ ਰੱਬ ਦੀ ਬੰਦਗੀ ਕਰਨ ਦੇ ਲਈ ਸੀ ਪਰ ਹੁਣ ਚੇਲਿਆਂ ਨੇ ਫਸਾ ਲਿਆ ਹੁਣ ਚੇਲੇ ਮੁੜਨ ਦਿੰਦੇ ਨੇ ਕਿਤੇ ਆਪ ਜੀ ਦੇ ਅੱਗੇ ਇੱਕ ਇਤਿਹਾਸਕ ਗੱਲ ਰੱਖਦੇ ਵਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਬਾਬਾ RAM ਰਾਏ ਆਪ ਜੀ ਜਾਣਦੇ ਹੀ ਹੋ ਨਾ ਕਿ ਬਾਬਾ RAM ਰਾਏ ਨੂੰ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਨੇ ਇਹ ਕਹਿ ਦਿੱਤਾ ਸੀ ਕਿ ਤੁਹਾਡਾ ਸਾਡੇ ਨਾਲ ਸਬੰਧ ਨਹੀਂ ਹੈ ਕਿਉਂਕਿ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਬਦਲੀ ਸੀ ਆਪ ਜੀ ਨੇ ਸੁਣਿਆ ਇਸ ਗਾਥਾ ਨੂੰ ਹੁਣ ਬਾਬਾ ਰਾਮ ਰਾਏ ਜੀ ਦਾ ਸਮਾਂ ਅੱਗੇ ਜਾਂਦਾ ਗੁਰੂ ਹਰ ਰਾਇ ਸਾਹਿਬ ਮਹਾਰਾਜ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆ ਜਾਂਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਬਾਬਾ ਰਾਮ ਰਾਏ ਦੀ ਮੀਟਿੰਗ ਹੁੰਦੀ ਹੈ ਇਹ ਜਮਨਾ ਨਦੀ ਦੇ ਵਿੱਚ ਬੇੜੀ ਦੇ ਵਿੱਚ ਬੈਠ ਕੇ ਤੇ ਦੋਵਾਂ ਦੀ ਮੀਟਿੰਗ ਹੁੰਦੀ ਹੈ ਹੁਣ ਬਾਬਾ ਰਾਮ ਰਾਏ ਦੇ ਵੀ ਚੇਲੇ ਨੇ ਮਸੰਦ ਨੇ ਉਹਨਾਂ ਦੇ ਆਪਣੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਸਿੰਘ ਨੇ ਤੇ ਸਾਪ ਜੀ ਦੇ ਅੱਗੇ ਰੱਖਦੇ ਵਾਂ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਾਬਾ ਰਾਮ ਰਾਏ ਜੀ ਆਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਦੇ ਪਏ ਸੀ ਨਾ ਤੇ ਜਿਹੜੇ ਮਸੰਦ ਸੀ ਨਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵੀ ਪਿੱਠ ਕਰ ਲਈ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵੀ ਨਹੀਂ ਵੇਖਣਾ ਇਹ ਬਾਬਾ ਰਾਮ ਰਾਏ ਦੇ ਮਸੰਦ ਸੀ ਹਾਲਾਂਕਿ ਬਾਬਾ ਰਾਮ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਦਾ ਪਿਆ ਤੇ ਮੰਨਿਆ ਜਾਂਦਾ ਹੈ ਕਿ ਬਾਬਾ ਰਾਮ ਰਾਏ ਨੇ ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੀ ਸੀ ਕਿ ਮੈਂ ਇਨਾਂ ਮਸੰਦਾਂ ਤੋਂ ਬਹੁਤ ਅੱਕ ਚੁੱਕਾ ਹਾਂ ਇਹ ਮੈਨੂੰ ਵੀ ਮੇਰੀ ਮਰਜ਼ੀ ਨਹੀਂ ਕਰਨ ਦਿੰਦੇ ਇਹ ਮੈਨੂੰ ਵੀ ਨਹੀਂ ਸਹੀ ਤਰੀਕੇ ਨਾਲ ਚੱਲਣ ਦਿੰਦੇ ਕਿੰਨੀਆਂ ਮਰਜ਼ੀਆਂ ਕਰ ਦਿੰਦੇ ਹੋਣਗੇ ਚੇਲੇ ਕਿਤੇ ਮੁੜਨ ਦਿੰਦੇ ਨੇ ਬਾਬੇ ਹਨ ਚੇਲੇ ਨਹੀਂ ਮੁੜਨ ਦਿੰਦੇ ਹੁਣ ਜਿੰਨੇ ਆਪਣੇ ਅੱਗੇ 5000 ਬੰਦਾ ਲਾਇਆ ਹੁੰਦਾ ਜਦੋਂ ਕਿਤੇ ਉਹ ਯੂ ਟਰਨ ਲੈਣਾ ਚਾਵੇ ਤੇ 5000 ਬੰਦੇ ਨਹੀਂ ਯੂ ਟਰਨ ਲੈਣ ਦਿੰਦੇ ਉਹਨੂੰ ਪ੍ਰੋਬਲਮ ਹੁੰਦੀ ਹੈ ਨਾ بڑے بڑے ਸਾਧੂ ਮੁੜਨਾ ਚਾਹੁੰਦੇ ਨੇ ਪਰ ਲੋਕਾਂ ਚ ਪਬਲਿਕ ਨਹੀਂ ਮੁੜਨਿੰਦੀ ਵੀ ਹਾਏ ਜੇ ਮੁੜ ਗਏ ਤੇ ਲੋਕੀ ਕੀ ਕਹਿਣਗੇ ਵੀ ਅਸੀਂ ਤੇਰੇ ਪਿੱਛੇ ਲੱਗੇ ਆ ਇਸ ਕਰਕੇ ਦਾਤਾਰ ਕਹਿੰਦੇ ਨੇ ਤੁਰੇ ਤੇ ਸੀ ਬੰਦਗੀ ਕਰਨ ਦੇ ਲਈ ਪਰ ਹੁਣ اٹਕ ਗਏ ਚੇਲਿਆਂ ਦੀ ਭੀੜ ਦੇ ਵਿੱਚ اٹਕ ਗਏ ਨੇ ਡੇਰਿਆਂ ਦੇ ਸੁਆਦ ਦੇ ਵਿੱਚ ਟਟਕ ਗਏ ਨੇ ਐਸ਼ ਦੀ ਜ਼ਿੰਦਗੀ ਦੇ ਵਿੱਚ ਇਹ ਬੜਾ ਕਹਿਣਾ ਸੌਖਾ ਹੋ ਜਾਂਦਾ ਜੇ ਆਪਾਂ ਦਾ ਕਿਸੇ ਸਾਧੂ ਨਾਲ ਵੈਰ ਨਹੀਂ ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਪਰ ਮਹਾਰਾਜ ਜੀ ਨੇ ਉਹਨਾਂ ਦੀ ਗੱਲ ਬੋਲੀ ਹੈ ਕਿ ਭਾਈ ਮੈਂ ਤੇ ਇਹਨਾਂ ਨੂੰ ਵੇਖਦਾ ਹਾਂ ਇਹਨਾਂ ਦੇ ਕੋਲ ਹੋਰ ਗੱਲਾਂ ਤੇ ਬਣੀਆਂ ਨੇ ਇਹਨਾਂ ਦੇ ਕੋਲ ਰੱਬ ਦੀਆਂ ਗੱਲਾਂ ਨਹੀਂ ਨੇ ਇਹਨਾਂ ਦੇ ਕੋਲ ਆਪਣੀ ਡੇਰਿਆਂ ਦੀ ਤੇ ਆਪਣੇ ਬਾਬਿਆਂ ਦੀ ਤਾਰੀਫ਼ ਜਿੰਨੀ ਮਰਜ਼ੀ ਸੁਣ ਲੋ ਇਹਨਾਂ ਦੇ ਕੋਲ ਰੱਬ ਦੀ ਗੱਲ ਪੁੱਛ ਲੋ ਤੇ ਉਹਨੂੰ ਅੱਖਰ ਨਹੀਂ ਆਉਂਦਾ ਰੱਬ ਦੀ ਗੱਲ ਦੇ ਬਾਰੇ ਤੁਸੀਂ ਰੋਜ਼ ਸਵਈਏ ਪੜਦੇ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਕਹਿੰਦੇ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਕਹਿੰਦੇ ਮੈਂ ਜੋਗੀਆਂ ਦੇ ਮੈਂ ਜਤੀਆਂ ਦੇ ਸ਼ਰਾਵਕ ਸਾਧੂ ਜਿਹੜੇ ਹੁੰਦੇ ਨੇ ਸ੍ਰੇਵੜੇ ਮੈਂ ਕਹਿੰਦੇ ਸਾਰਿਆਂ ਦੇ ਘਰ ਵੇਖ ਲੈਨੇ ਸੂਰ ਸੁਰਾਰਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਚੰਗੇ ਭਲੇ ਜਿਹੜੇ ਆਪਣੇ ਆਪ ਨੂੰ ਸੂਰਮੇ ਮੰਨਦੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਰਾਖਸ਼ਾਂ ਨੂੰ ਮਾਰ ਦੇਣ ਵਾਲੇ ਹਾਂ ਬੜੇ ਬਹਾਦਰ ਜਿਹੜੇ ਨੇ ਜਾਂ ਜਿਹੜੇ ਇਦਾਂ ਦੇ ਨੇ ਜਿਹੜੇ ਸੂਰ ਸੁਰਾਰਤੋਂ ਨੂੰ ਸੁਧ ਸੁਦਾਤਿਕ ਸੰਤ ਸਮੂਹ ਸੰਤਾਂ ਦੇ ਸਮੂਹ ਇੱਕ ਦਾ ਸੰਤ ਨਹੀਂ ਕਹਿੰਦੇ ਮੈਂ ਕਈ ਸੰਤਾਂ ਦੇ ਸਮੂਹ ਵੇਖ ਚੁੱਕਾ ਹਾਂ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋਉ ਨਾ ਦੇਖੀਤ ਪ੍ਰਾਨਪਤੀ ਕੇ ਕਹਿੰਦੇ ਮੈਂ ਸਾਰੇ ਦੇਸ਼ਾਂ ਦੇ ਮਤ ਵੇਖ ਲਏ ਸਾਰਿਆਂ ਲੋਕਾਂ ਦੇ ਬਾਰੇ ਜਾਣਕਾਰੀ ਤੇ ਹਾਸਲ ਕਰ ਲਈ ਪਰ ਕਹਿੰਦੇ ਕੋਉ ਨਾ ਦੇਖੀਤ ਪ੍ਰਾਨਪਤੀ ਕੇ ਰੱਬ ਦੀ ਗੱਲ ਕੌਣ ਕਰਦਾ ਪਿਆ ਔਰ ਮਾਫ ਕਰਿਓ ਤੁਸੀਂ ਡੇਰਿਆਂ ਦੇ ਵਿੱਚ ਜ ਡੇਰਿਆਂ ਦੀ ਕੀ ਗੱਲ ਹੈ ਕਿਸੇ ਪ੍ਰਚਾਰਕ ਨੂੰ ਸੁਣ ਲਿਓ ਕਿਸੇ ਸਾਧੂ ਨੂੰ ਸੁਣ ਲਿਓ ਕਿਸੇ ਆਮ ਜੇ ਬੰਦੇ ਨੂੰ ਸੁਣ ਲਿਓ ਰੱਬ ਦੀਆਂ ਗੱਲਾਂ ਕੌਣ ਕਰਦਾ ਪਿਆ ਹੈ ਉਹ ਆਪਣੀਆਂ ਕਥਾ ਕਹਾਣੀਆਂ ਨਹੀਂ ਮੁਕਦੀਆਂ ਉਹਨਾਂ ਦੇ ਕੋਲ ਆਪਣੀਆਂ ਗੱਲਾਂ ਮੁਕਣ ਤੇ ਰੱਬ ਦੀਆਂ ਗੱਲਾਂ ਕਰਨ ਤੇ ਜਾਂ ਇਦਾਂ ਕਹਿ ਲਿਆ ਵੀ ਰੱਬ ਦੀਆਂ ਗੱਲਾਂ ਹੋਣ ਤੇ ਰੱਬ ਦੀਆਂ ਗੱਲਾਂ ਕਰਨ ਆਪਣੀਆਂ ਗੱਲਾਂ ਹੀ ਨਹੀਂ ਉਹਨਾਂ ਦੇ ਕੋਲੋਂ ਮੁਕਦੀਆਂ ਅੱਜ ਉੱਥੇ ਆਹ ਹੈ ਤੇ ਉੱਥੇ ਸਾਡੇ ਆਹ ਨੇ ਸਤਿਗੁਰੂ ਕਹਿੰਦੇ ਨੇ ਕਬੀਰ ਸਿੱਖ ਸਾਖਾ ਬਹੁਤੇ ਕੀਏ ਬੜੇ ਸਿੱਖ ਆਪਣੇ ਬਣਾ ਲੇ ਚੇਲੇ ਤੇ ਬੜੇ ਬਣਾ ਲੇ ਚੇਲਿਆਂ ਦੀ ਗਿਣਤੀ ਵੱਧਦੀ ਜਾਂਦੀ ਹੈ ਕਿਉਂਕਿ ਅਕਸਰ ਇਦਾਂ ਹੋ ਜਾਂਦਾ ਹੈ ਲੋਕਾਂ ਨੂੰ ਜਿੱਥੇ ਥੋੜੀ ਦੀ ਚੀਜ਼ ਮਿਲਦੀ ਹੈ ਲੋਕੀ ਤੇ ਜਾਂਦੇ ਨੇ ਉਧਰ ਜਾਣਗੇ ਜਾਣਗੇ ਇਸ ਗੱਲ ਤੋਂ ਨਾਰਾਜ਼ ਨਹੀਂ ਹੋਣਾ ਚਾਹੀਦਾ ਜਿੱਥੇ ਲੋਕਾਂ ਨੂੰ ਕੁਝ ਥੋੜਾ ਜਿਹਾ ਮਿਲਿਆ ਲੋਕਾਂ ਨੇ ਜਾਣਾ ਹੀ ਜਾਣਾ ਹੈ ਪਰ ਗੱਲ ਤੇ ਇਹ ਹੈ ਕਿ ਜੇ ਕਿਸੇ ਸਾਧੂ ਨੂੰ ਕਿਸੇ ਬੰਦੇ ਨੂੰ ਇੰਨੇ ਜਾਣੇ ਸੁਣਦੇ ਪਏ ਨੇ ਤੇ ਉਹ ਉਹਨਾਂ ਨੂੰ ਪਾਰ ਨਹੀਂ ਨਾ ਲਾ ਸ਼ਕਿਆ ਤੇ ਫਿਰ ਬੜੇ ਦੁੱਖ ਦੀ ਗੱਲ ਹੈ ਮਹਾਰਾਜ ਕਹਿੰਦੇ ਇੰਨੇ ਜਾਣੇ ਇਹਨੂੰ ਸੁਣਨ ਵਾਲੇ ਸੀ ਤੇ ਉਹਨਾਂ ਦਾ ਪਠਾ ਬਿਠਾ ਕੇ ਰੱਖ ਦਿੱਤਾ ਇਸ ਬੰਦੇ ਨੇ ਮਹਾਰਾਜ ਜੀ ਬਖਸ਼ ਲੈਣ ਇਹ ਅੱਗੇ ਵੀ ਆਵੇਗਾ ਮਹਾਰਾਜ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਦੇ ਵੇਲੇ ਦੀ ਇੱਕ ਸਾਖੀ ਹੈ ਉਹਨੂੰ ਕੋਈ ਕਿਸੇ ਵੀ ਤਰੀਕੇ ਨਾਲ ਸਮਝ ਲਵੇ ਪਰ ਸਾਡੇ ਪੁਰਾਣੇ ਸਾਖੀ ਵਾਲਿਆਂ ਦਾ ਨਾ ਸਮਝਾਉਣ ਦਾ ਤਰੀਕਾ ਬੜਾ ਵਧੀਆ ਹੁੰਦਾ ਸੀ ਉਹ ਕਹਿੰਦੇ ਵੀ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਵਾਰ ਨਾ ਬਾਹਰ ਇੱਦਾਂ ਟਹਿਲਦੇ ਪਏ ਸੀ ਬਾਹਰ ਨਿਕਲ ਗਏ ਤੇ ਉੱਥੇ ਉਹਨਾਂ ਨੇ ਵੇਖਿਆ ਕਿ ਇੱਕ ਸੱਪ ਤੇ ਉਹਦੇ ਨਾਲ ਜ਼ਖਮ ਹੋਇਆ ਪਿਆ ਸੀ ਕਿਸੇ ਤਰੀਕੇ ਨਾਲ ਹੋ ਗਿਆ ਹੋਵੇਗਾ ਤੇ ਉਸ ਜ਼ਖਮ ਦੇ ਉੱਤੇ ਨਾ ਕੀੜੇ ਪੈਣੇ ਸ਼ੁਰੂ ਹੋ ਗਏ ਕਿਰਮ ਚੱਲਦੇ ਪਏ ਸੀ ਇਲਾਜ ਨਹੀਂ ਕਰਾਇਆ ਤੇ ਜ਼ਖਮ ਦੇ ਉੱਤੇ ਕੀੜੇ ਪੈਣੇ ਸ਼ੁਰੂ ਹੋ ਗਏ ਹੁਣ ਕੀੜਿਆਂ ਦੀ ਗਿਣਤੀ ਅਣਗਿਣਤ ਵੀ ਪਤਾ ਹੀ ਨਹੀਂ ਕਿ ਕਿੰਨੇ ਕੀੜੇ ਪੈ ਗਏ ਉਹ ਜ਼ਖਮ ਕਿਤੇ ਜ਼ਿਆਦਾ ਵੱਡਾ ਹੋ ਗਿਆ ਹੋਵੇਗਾ ਉਹ ਬੁਰਾ ਜਿਹਾ ਲੱਗਦਾ ਵੇਖਣ ਨੂੰ ਜੇਕਰ ਆਪ ਜੀ ਨੇ ਜ਼ਿੰਦਗੀ 'ਚ ਕਿਤੇ ਇਦਾਂ ਦੀ ਹਾਲਤ ਵੇਖੀ ਹੋਵੇਗੀ ਤੋ ਮਰਦ ਜੀ ਨੇ ਮਰਦ ਜੀ ਨੂੰ ਸਿੱਖਾਣੇ ਸਵਾਲ ਕੀਤਾ ਸਤਿਗੁਰੂ ਗੁਰੂ ਹਰਿਐਸਾਹ ਮਹਾਰਾਜ ਨੂੰ ਵੀ ਸੱਚੇ ਪਾਤਸ਼ਾਹ ਆ ਕੀ ਹੋ ਗਿਆ ਸਿੱਖਾਂ ਦਾ ਇਹ ਤਾਂ ਇੱਕ ਹਰ ਇੱਕ ਚੀਜ਼ ਦੇ ਵਿੱਚੋਂ ਉਹ ਗੁਰਮਤ ਕੱਢਣ ਦੀ ਕੋਸ਼ਿਸ਼ ਕਰਦੇ ਸੀ ਵੀ ਗੱਲ ਇਹ ਨਹੀਂ ਹੈ ਵੀ ਸੱਪ ਨੂੰ ਕੀੜੇ ਪਏ ਜਾਂ ਨਹੀਂ ਗੱਲ ਸੱਪ ਦੀ ਨਹੀਂ ਹੈ ਗੱਲ ਸਮਝਣ ਦੀ ਸੀ ਵੀ ਗੱਲ ਕੀਤੀ ਕਿਹੜੀ ਜਾ ਰਹੀ ਹੈ ਜਿਦਾਂ ਬਾਬਾ ਕਬੀਰ ਕਹਿੰਦੇ ਨੇ ਨਾ ਵੀ ਉਹ ਰਾਹ ਦੇ ਵਿੱਚ ਹੀ اٹਕ ਗਏ ਇਦਾਂ ਕਈ ਕੀੜਿਆਂ ਤੱਕ ਹੀ اٹਕ ਜਾਂਦੇ ਨੇ ਗਾਂ ਰੱਬ ਤੱਕ ਗੱਲ ਸਾਖੀ ਤੱਕ ਕੋਈ ਵੀ ਨਹੀਂ ਪਹੁੰਚ ਪਾਉਂਦੇ ਇਹ ਵੀ ਬੜੀ ਵੱਡੀ ਪ੍ਰੋਬਲਮ ਹੈ ਉਹ ਕੀ ਹੋਇਆ ਕਿ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਸੱਪ ਹੈ ਨਾ ਇਹ ਸਾਧੂ ਹੁੰਦਾ ਸੀ ਹੁਣ ਸਾਨੂੰ ਕੀ ਲੱਗੇ ਸਾਧੂ ਹੋਵੇ ਜਾਂ ਨਾ ਹੋਵੇ ਪਰ ਗੁਰੂ ਹਰ Rai ਸਾਹਿਬ ਮਹਾਰਾਜ ਕਹਿੰਦੇ ਨੇ ਵੀ ਇਹ ਸਾਧੂ ਹੁੰਦਾ ਸੀ ਤੇ ਮਹਾਰਾਜ ਇਹ ਥੋੜਾ ਕਹਿੰਦੇ ਸੀ ਵੀ ਮੈਂ ਤੁਹਾਨੂੰ ਦਿਖਾਵਾਂਗਾ ਵੀ ਸਾਧੂ ਹੈ ਸੀ ਜਾਂ ਨਹੀਂ ਮਹਾਰਾਜ ਗੱਲ ਕਿਹੜੀ ਸਮਝਾਉਣੀ ਚਾਹੁੰਦੇ ਸੀ ਮਹਾਰਾਜ ਕਹਿੰਦੇ ਵੀ ਆ ਜਿਹੜੇ ਇਹਨੂੰ ਕੀੜੇ ਚੰਬੜੇ ਪਏ ਨੇ ਨਾ ਇਹ ਇਹਦੇ ਚੇਲੇ ਸੀ ਇਹ ਅਸਲ ਦੇ ਵਿੱਚ ਗੱਲ ਕੀ ਸੀ ਵੀ ਇਹਨੇ ਵਾਅਦਾ ਕੀਤਾ ਹੋਇਆ ਸੀ ਵੀ ਤੁਸੀਂ ਮੈਨੂੰ ਸੁਣਦੇ ਜੇ ਨਾ ਤੁਸੀਂ ਮੇਰੇ ਲਾਗੇ ਆ ਕੇ ਬੈਠਦੇ ਜੇ ਤੇ ਮੈਂ ਤੁਹਾਨੂੰ ਪਾਰ ਕਰਾਵਾਂਗਾ ਤੇ ਮਰਦ ਕਹਿੰਦੇ ਤੇ ਆਪ ਨਹੀਂ ਪਾਰ ਹੋਇਆ ਤੇ ਹੁਣ ਜਿਹੜੇ ਪਿੱਛੇ ਲੱਗੇ ਸੀ ਉਹਨਾਂ ਨੇ ਤੇ ਕਿਹਾ ਵੀ ਤੂੰ ਤੂੰ ਸਾਨੂੰ ਕਿਹਾ ਸੀ ਵੀ ਪਾਰ ਕਰਾਉਣਾ ਹੈ ਤੇ ਹੁਣ ਪਾਰ ਕਰਾ ਇਸ ਕਰਕੇ ਅਜੇ ਵੀ ਇਹਦੇ ਨਾਲ ਚੰਬੜੇ ਪਏ ਨੇ ਇਹਨਾਂ ਨੇ ਇਹਦੀ ਉਦੋਂ ਜਾਨ ਛੱਡਣੀ ਆ ਜਾਂ ਤੇ ਇਹ ਖਤਮ ਹੋਵੇਗਾ ਤੇ ਜਾਂ ਫਿਰ ਇਹ ਪਾਰ ਹੋਣਗੇ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਉਹ ਸਾਧੂ ਕਿਦਾਂ ਦਾ ਹੋਵੇਗਾ ਹੈਰਾਨ ਹੋ ਜਾਈਦਾ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਉਹਨਾਂ ਦੇ ਪਿੱਛੇ ਨੇ ਲੋਕਾਂ ਦੇ ਹਾਲ ਵੇਖ ਲੋ ਲੋਕੀ ਫਿਰ ਵੀ ਸਿੱਧੇ ਰਸਤੇ ਨਹੀਂ ਤੁਰ ਪਾਉਂਦੇ ਇਹ ਕਿਹਦੀ ਕਮਜ਼ੋਰੀ ਹੈ ਇਸ ਸਾਧੂ ਦੀ ਕਮਜ਼ੋਰੀ ਹੈ ਜਿਹੜਾ ਸਿੱਧੇ ਰਸਤੇ ਨਹੀਂ ਲਾ ਪਾਉਂਦਾ ਲੋਕਾਂ ਨੂੰ ਬਾਬਾ ਕਬੀਰ ਕਹਿੰਦੇ ਭਾਈ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਰੱਬ ਨੂੰ ਤੇ ਮਿੱਤਰ ਬਣਾਇਆ ਨਹੀਂ ਚੇਲਿਆਂ ਦੀ ਹੌਮੇ ਵਧਾ ਲਈ ਫਿਰ ਕੀ ਹੈ ਚਾਲੇ ਇਥੇ ਹਰ ਮਿਲਨ ਕੋ ਤੁਰੇ ਤਿਸੇ ਰੱਬ ਦੀ ਬੰਦਗੀ ਕਰਨ ਦੇ ਲਈ ਵਿਚੈ اٹਕਿਓ ਚੀਤ ਤੇ ਹੁਣ ਚਿਤ ਵਿੱਚੇ ਅਟਕ ਗਿਆ ਹੈ ਹੁਣ ਚਿਤ ਬੰਦਗੀ ਕਰਨ ਨੂੰ ਨਹੀਂ ਕਰਦਾ ਪਹਿਲਾਂ ਤੇ ਕਿਤੇ ਉੱਠ ਕੇ ਬੰਦਾ ਨਿਤਨੇਮ ਸੰਭਾਲ ਲੈਂਦਾ ਸੀ ਅਮਰਤ ਵੇਲਾ ਸੰਭਾਲ ਲੈਂਦਾ ਸੀ ਹੁਣ ਚੇਲੇ ਜਦੋਂ 10 12 ਗੋਡੇ ਘੁੱਟਦੇ ਪਏ ਨੇ ਲਤਾਂ ਘੁੱਟਦੇ ਪਏ ਨੇ ਤੇ ਫਿਰ ਕੀ ਲੋੜ ਹੈ ਜਾ ਕੇ ਅਮਰਤ ਵੇਲਾ ਸੰਭਾਲਣ ਦੀ ਸਾਰਾ ਕੁਝ ਤੇ ਮਿਲ ਗਿਆ ਤੇ ਇਹ ਨਾ ਸਮਝਣਾ ਕਿ ਸਾਧੂ ਅਮਰ ਤੇ ਵੇਲਾ ਨਹੀਂ ਸੰਭਾਲਦੇ ਬੜੇ ਸੰਭਾਲਦੇ ਨੇ ਬੜੀ ਬੰਦਗੀ ਵਾਲੇ ਸਾਰਾ ਸਾਰਾ ਦਿਨ ਵਾਹਿਗੁਰੂ ਕਹਿਣ ਵਾਲੇ ਵੀ ਸਾਧੂ ਹੈ ਨੇ ਪਰ ਜਿਨ੍ਹਾਂ ਨੂੰ ਐਸ਼ਾ ਮਿਲ ਗਿਆ ਉਹਨਾਂ ਨੂੰ ਕੀ ਲੋੜ ਰਹਿ ਗਈ ਫਿਰ ਲੋਕੀ ਤਾਂ ਸਭ ਉਹਨਾਂ ਨੂੰ ਤਾਂ ਲੜਨਾ ਵੀ ਨਹੀਂ ਪੈਂਦਾ ਲੋਕੀ ਆਪ ਹੀ ਲੜ ਪੈਂਦੇ ਨੇ ਵੀ ਤੁਹਾਡੇ ਖਾਤਰ ਅਸੀਂ ਲੜਦੇ ਪਏ ਆ ਕਿੰਨੇ ਹਾਲ ਸਾਧੂਆਂ ਦੇ ਸਾਧੂਆਂ ਦੇ ਪਿੱਛੇ ਕਿੰਨੇ ਫਸਾਦ ਲੋਕਾਂ ਦੇ ਹੋਗੇ ਮਹਾਰਾਜ ਕਹਿੰਦੇ ਤੁਰੇ ਤੇ ਰੱਬ ਨੂੰ ਮਿਲਣ ਸੀ ਲਈ ਪਰ ਆਪ ਇਹਨਾਂ ਦੇ ਕੀ ਹਾਲ ਹੋ ਗਏ ਵਿੱਚੇ ਹੀ ਅਟਕ ਗਏ ਹੁਣ ਰੱਬ ਦੀ ਗੱਲ ਨਹੀਂ ਹੁਣ ਚੇਲਿਆਂ ਦੀ ਗੱਲ ਪੁੱਛੋ ਇਹਨਾਂ ਦੇ ਕੋਲ ਇਸ ਕਰਕੇ ਦਾਤਾਰ ਕਹਿੰਦੇ ਨੇ ਵੀ ਜੇ ਕਿਤੇ ਇਹੋ ਜਿਹਾ ਸਾਧੂ ਸਾਨੂੰ ਮਿਲ ਗਿਆ ਜ਼ਿੰਦਗੀ ਦੇ ਵਿੱਚ ਇਹਨੇ ਸਾਨੂੰ ਪਾਰ ਕੀ ਲਵਾਉਣਾ ਇਹਨੇ ਸਗੋਂ ਆਪ ਤੇ ਡੁੱਬਾਈ ਆ ਸਾਧੂ ਨੂੰ ਹੀ ਡੋਪ ਦੇਣਾ ਇਸ ਕਰਕੇ ਮਾਰਜ ਕਹਿੰਦੇ ਨੇ ਵੀ ਸਾਧੂ ਕਮਜ਼ੋਰ ਨਹੀਂ ਹੋਣਾ ਚਾਹੀਦਾ ਵੈਸੇ ਤਾਂ ਸਾਧੂ ਕਮਜ਼ੋਰ ਹੁੰਦਾ ਹੀ ਨਹੀਂ ਸੀ ਤੇ ਜਿੱਦਾਂ ਦੇ ਅੱਜ ਕੱਲ ਸਾਧੂ ਤੁਰੇ ਫਿਰਦੇ ਨੇ ਜੇ ਅਸੀਂ ਕਿਸੇ ਇਹੋ ਜਿਹੇ ਟੀਚਰ ਦੇ ਕੋਲ ਆਪਣਾ ਬੱਚਾ ਪੜ੍ਹਾ ਲਈਏ ਜਿਹਨੇ ਸਾਲ ਬਾਅਦ ਸਾਨੂੰ ਰਿਜ਼ਲਟ ਇਹੋ ਜਿਹਾ ਦੇਣਾ ਕਿ ਬੱਚਾ ਤੁਹਾਡਾ ਫੇਲ ਹੋ ਗਿਆ ਅਸੀਂ ਕੀ ਕਰਾਂਗੇ ਅਸੀਂ ਲਾਵਾਂਗੇ ਨਹੀਂ ਬੱਚਾ ਉਧਰ ਤੇ ਤੇਰੇ ਵੱਲ ਕਿਉਂ ਲਾਈਏ ਬੱਚਾ ਸਹੀ ਫੇਲ ਥੋੜਾ ਕਰਾਉਣਾ ਤੇ ਉਸ ਸਾਧੂ ਦੇ ਪਿੱਛੇ ਕਿੱਦਾਂ ਲੱਗ ਜਾਈਏ ਜਿੰਨੇ ਜ਼ਿੰਦਗੀ ਡੋਬ ਕੇ ਰੱਖ ਦੇਣੀ ਆਪਾਂ ਕਿਸੇ ਦਰਖਤ ਦੇ ਉੱਤੇ ਚੜਨਾ ਹੋਵੇ ਨਾ ਤੇ ਉਸ ਦਰਖਤ ਦੀ ਟਾਣੀ ਦੇ ਦਰਖਤ ਦੇ ਉੱਤੇ ਚੜਦਿਆਂ ਉਸ ਟਾਣੀ ਦੇ ਉੱਤੇ ਪੈਰ ਰੱਖਿਆ ਜਾਂਦਾ ਹੈ ਜਿਹੜੀ ਮਜ਼ਬੂਤ ਹੋਵੇ ਤੇ ਜੇ ਭਲਾ ਕਮਜ਼ੋਰ ਟਾਣੀ ਤੇ ਪੈਰ ਆ ਜਾਵੇ ਤੇ ਫਿਰ ਕੀ ਬਣਦਾ ਫਿਰ ਆਪਾਂ ਵੀ ਥੱਲੇ ਤੇ ਟਾਣੀ ਵੀ ਰੁਟ ਜਾਣੀ ਹੈ ਸਤਿਗੁਰੂ ਕਹਿੰਦੇ ਨੇ ਵੀ ਸਾਧੂ ਜਿਹੜਾ ਹੈ ਨਾ ਸਮਝ ਲਓ ਵੀ ਰੱਬ ਦੇ ਘਰ ਦੇ ਵਿੱਚ ਪਹੁੰਚਣ ਦੇ ਲਈ ਇੱਕ ਟਾਣੀ ਹੈ ਅਸੀਂ ਉਸ ਸਾਧੂ ਦੇ ਉੱਤੇ ਭਰੋਸਾ ਰੱਖ ਕੇ ਤੇ ਫਿਰ ਰੱਬ ਦੇ ਘਰ ਦੇ ਵਿੱਚ ਪਹੁੰਚਣਾ ਹੈ ਤੇ ਜੇ ਸਾਧੂ ਯੋਧਾ ਦਾ ਹੈ ਜਿਹਦੇ ਬਾਰੇ ਪਿੱਛੇ ਪੜ ਕੇ ਆਏ ਆ ਤੇ ਇਹਦੇ ਉੱਤੇ ਕਦਮ ਕੀ ਰੱਖਣਾ ਇਹਨੇ ਤਾਂ ਪਹਿਲਾਂ ਆਪ ਲੈ ਫ ਜਾਣਾ ਤੇ ਸਾਨੂੰ ਵੀ ਸੁੱਟ ਦੇਣਾ ਸਤਿਗੁਰੂ ਦਾ ਸ਼ਲੋਕ ਹੈ ਕਬੀਰ ਕਾਰਨ ਬਪਰਾ ਕਿਆ ਕਰੈ ਜਉ ਰਾਮ ਨਾ ਕਰੈ ਸਹਾਏ ਲੋਕ ਵਿਚਾਰੇ ਕੀ ਕਰਨਗੇ ਲੋਕ ਤੇ ਘਰੋਂ ਇਸੇ ਕਰਕੇ ਆਏ ਸੀ ਕਿ ਚਲੋ ਰੱਬ ਦੀ ਗੱਲ ਸੁਣ ਲਵਾਂਗੇ ਤੇ ਅੱਗੋ ਸਾਧੂ ਹੈ ਹੀ ਵਿਚਾਰਾ ਇਦਾਂ ਦਾ ਸੀ ਵੀ ਜਿਹਨੂੰ ਰੱਬ ਦੀ ਗੱਲ ਦਾ ਪਤਾ ਹੀ ਨਹੀਂ ਸੀ ਕਾਰਨ ਬਪਰਾ ਕਿਆ ਕਰੇ ਲੋਕੀ ਕੀ ਕਰਨਾ ਕਾਰਨ ਕੀ ਕਰ ਸਕਦਾ ਇੱਥੇ ਤੁਸੀਂ ਤੇ ਕਾਰਨ ਬਣਾ ਕੇ ਆਏ ਵੀ ਬੰਦਗੀ ਵੱਲ ਤੁਰ ਪਈਏ ਅੱਗੋ ਸਾਡੇ ਵਰਗੇ ਆਪਣੀਆਂ ਗੱਲਾਂ ਸੁਣਾ ਜਾਣ ਵੀ ਮੇਰੀਆਂ ਗੱਲਾਂ ਸੁਣੋ ਫਲਾਣੇ ਲੀਡਰ ਦੀਆਂ ਗੱਲਾਂ ਸੁਣੋ ਫਲਾਣੀਆਂ ਗੱਲਾਂ ਸੁਣੋ ਤੁਸੀਂ ਇਹ ਥੋੜਾ ਸੁਣ ਨਾਉਂਦੇ ਜੀ ਇੱਥੇ ਮੈਂ ਤੁਹਾਨੂੰ ਇਹ ਦੱਸੀ ਜਾਵਾਂ ਵੀ ਫਲਾਣੇ ਦੀ ਫਲਾਣੇ ਨਾਲ ਲੜਾਈ ਹੋਈ ਫਲਾਣੇ ਦੇ ਵਿੱਚ ਫਲਾਣਾ ਕੁਝ ਵਾਪਰੇਆ ਯਾਰ ਤੁਸੀਂ ਘਰ 'ਚ ਵੀ ਸੁਣ ਲੈਣਾ ਸੀ ਇਹ ਮੈਂ ਥੋੜਾ ਸੁਣਾਉਣ ਵਾਲਾ ਹਾਂ ਦਾਤਾਰ ਕਹਿੰਦੇ ਕੀ ਹੋ ਗਿਆ ਜੋ ਰਾਮ ਨਾ ਕਰੈ ਸਹਾਏ ਰੱਬ ਕਿਰਪਾਈ ਨਾ ਕਰੇ ਵੀ ਸਾਧੂ ਸਾਨੂੰ ਉਹ ਜੈ ਮਿਲ ਗਿਆ ਜਿਹੜਾ ਆਪ ਤੇ ਤੁਰਿਆ ਨਹੀਂ ਤੇ ਇਹਦਾ ਆਸਰਾ ਲੈ ਲਿਆ ਫਿਰ ਕੀ ਹੁੰਦਾ ਹੈ ਜਿਹੇ ਜਿਹੇ ਡਾਲੀ ਪੱਗ ਧਰੋਂ ਸੋਈ ਮੁਰਮੜ ਜਾਏ ਕਹਿੰਦੇ ਜਿਹੜੀ ਵੀ ਟਾਣੀ ਦੇ ਉੱਤੇ ਪੈਰ ਰੱਖੋਗੇ ਨਾ ਉਹੀ ਮੁੜ ਜਾਂਦੀ ਹੈ ਕਹਿਣ ਦਾ ਭਾਵ ਜਿਹੜਾ ਵੀ ਸਾਧੂ ਜ਼ਿੰਦਗੀ ਦੇ ਵਿੱਚ ਧਾਰਨ ਕੀਤਾ ਉਹ ਆਪ ਤੇ ਵਿਚਾਰਾ ਤੁਰਿਆ ਨਹੀਂ ਸੀ ਤੇ ਉਹਨੇ ਕੀ ਕੀਤਾ ਜਿਹੋ ਜੇ ਚੇਲੇ ਨੇ ਉਹਦਾ ਆਸਰਾ ਲਿਆ ਉਹਨੇ ਚੇਲੇ ਨੂੰ ਵੀ ਛੁੱਟ ਲਿਆ ਵੀ ਤੈਨੂੰ ਵੀ ਨਹੀਂ ਅੱਗੇ ਜਾਣ ਦੇਣਾ ਸਾਧੂ ਆਪ ਰੁਕਿਆ ਰੁਕਿਆ ਸਾਧੂ ਦੇ ਚੇਲੇ ਵੀ ਰੁਕ ਗਏ ਹੁਣ ਇੱਕ ਤੇ ਸਾਧੂ ਆਪ ਰੁਕਿਆ ਇੱਕ ਕਮਜ਼ੋਰ ਸਾਧੂ ਨੇ ਆਪਣੇ ਪਿੱਛੇ ਜਿੰਨੇ ਆਉਣ ਵਾਲੇ ਸੀ ਸਾਰੀ ਰੋਕ ਲਏ ਉਹ ਵੀ ਨਹੀਂ ਅੱਗੇ ਜਾਣ ਦੇਣਾ ਇਸ ਕਰਕੇ ਮਹਾਰਾਜ ਜੀ ਬੋਲ ਆਪ ਜੀ ਦੇ ਅੱਗੇ ਰੱਖਾਂ ਸਾਧੂ ਇਦਾਂ ਦਾ ਹੁੰਦਾ ਸੀ ਜਿਹਦਾ ਇੱਕ ਬੋਲ ਚੜ੍ਹਦੀ ਕਲਾ ਦੇ ਵਿੱਚ ਲੈ ਆਉਂਦਾ ਹੁੰਦਾ ਸੀ ਬਾਬਾ ਬਿਧੀ ਚੰਦ ਵਰਗੇ ਇਹਨਾਂ ਦੇ ਕੰਮ ਤੁਸੀਂ ਪਹਿਲਾਂ ਪੜ ਕੇ ਵੇਖੋਗੇ ਤੇ ਇਹ ਜੇ ਇਤਿਹਾਸ ਨੂੰ ਪੜੀਏ ਤਾਂ ਚੋਰੀ ਦਾ ਕੰਮ ਕਰਦੇ ਸੀ ਇੱਕ ਦਿਨ ਸੰਗਤ ਮਿਲੀ ਬਾਬਾ ਅਦਲੀ ਦੀ ਭਾਈ ਅਦਲੀ ਦੀ ਇੱਕ ਦਿਨ ਸੰਗਤ ਮਿਲੀ ਚੋਰੀ ਦਾ ਸੁਭਾਅ ਹੀ ਖਤਮ ਹੋ ਗਿਆ ਔਰ ਹੋਰ ਤੇ ਗੱਲਾਂ ਦੀਆਂ ਗੱਲਾਂ ਭਾਈ ਵੀਰ ਸਿੰਘ ਨੂੰ ਬੜੇ ਕਮਾਲ ਦੇ ਸਾਡੇ ਸਾਹਿਤਕਾਰ ਹੋਏ ਨੇ ਭਾਈ ਵੀਰ ਸਿੰਘ ਨੂੰ ਪ੍ਰੋਫੈਸਰ ਪੂਰਨ ਸਿੰਘ ਮਿਲੇ ਸੀ ਔਰ ਪ੍ਰੋਫੈਸਰ ਪੂਰਨ ਸਿੰਘ ਇਦਾਂ ਦੇ ਬੰਦੇ ਸੀ ਪਹਿਲਾਂ ਇਹ ਬੋਧੀ ਹੋਗੇ ਬਾਅਦ ਚ ਸੰਨਿਆਸੀ ਹੋਗੇ ਉਹ ਦਿਲ ਤੋਂ ਤੁਰਨ ਵਾਲੇ ਬੰਦੇ ਸੀ ਸਿੱਖਾਂ ਦੇ ਘਰ ਚ ਇਹਨਾਂ ਦਾ ਜਨਮ ਹੋਇਆ ਬੋਧੀ ਹੋਗੇ ਸੰਨਿਆਸੀ ਹੋਗੇ ਸੰਨਿਆਸੀ ਹੋਣ ਤੋਂ ਬਾਅਦ ਇਹਨਾਂ ਦੀ ਇੱਕ ਸਿੱਖ ਕਾਨਫਰੰਸ ਸੀ ਇਥੇ ਸ਼ਾਇਦ ਗੁਜਰਾਵਾਲਾ ਦੀ ਗੱਲ ਹੈ ਪਾਕਿਸਤਾਨ ਦੇ ਵਿੱਚ ਉੱਥੇ ਕਾਨਫਰੰਸ ਹੋ ਰਹੀ ਸੀ ਤੇ ਭਾਈ ਵੀਰ ਸਿੰਘ ਦੇ ਨਾਲ ਇਹਨਾਂ ਦੀ ਮੀਟਿੰਗ ਹੋ ਗਈ ਗੱਲਬਾਤ ਹੋ ਗਈ ਗੱਲਬਾਤ ਚੱਲੀ ਕੁਝ ਘੰਟੇ ਗੱਲਬਾਤ ਚੱਲੀ ਤੇ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਸੀ ਉਹਨਾਂ ਨੇ ਸਿੱਖ ਬਣਨ ਦਾ ਫੈਸਲਾ ਕਰ ਲਿਆ ਇਹ ਕੀ ਸੀ ਕਿੰਨੀ ਤਾਕਤ ਹੋਵੇਗੀ ਨਾ ਉਹਨਾਂ ਬੋਲਾਂ ਦੇ ਵਿੱਚ ਵੀ ਜਿਹੜਾ ਇੱਕ ਬੋਲ ਬੰਦੇ ਨੂੰ ਕਹਿ ਦਿੰਦਾ ਵੀ ਤੂੰ ਇਹ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ ਉਹਦਾ ਮਨ ਹੀ ਨਹੀਂ ਕੀਤਾ ਇਸ ਕੰਮ ਨੂੰ ਕਰਨ ਦੇ ਲਈ ਤੇ ਸਾਧੂ ਇਥੇ ਚੋਪੜੀਆਂ ਚੋਪੜੀਆਂ ਗੱਲਾਂ ਸੁਣਾ ਜਾਂਦੇ ਨੇ ਸੁਣਨ ਵਾਲੇ ਵੀ ਉਦਾਂ ਦੇ ਤੇ ਸੁਣਾਉਣ ਵਾਲੇ ਵੀ ਉਦਾਂ ਦੇ ਦੋਵਾਂ ਦੀ ਜ਼ਿੰਦਗੀ 'ਚ ਕੁਝ ਨਹੀਂ ਫਰਕ ਪੈਂਦਾ ਹਾਂ ਗਿਣਤੀਆਂ ਜਿੰਨੀਆਂ ਮਰਜ਼ੀ ਵਧਾਈ ਦਿਓ ਅੱਜ ਕੱਲ ਤੇ ਗਿਣਤੀਆਂ ਵਧਾਉਣੀਆਂ ਸੌਖੀਆਂ ਹੋ ਗਈਆਂ ਨੇ ਨਾ ਹਜ਼ੂਰ ਕਹਿੰਦੇ ਭਾਈ ਜਿਹੇ ਜਿਹੇ ਡਾਲੀ ਪੱਗ ਧਰੋ ਜਿਹੋ ਜਾਂ ਕਮਜ਼ੋਰ ਸਾਧੂ ਇਹਦੇ ਨਾਲ ਜੁੜ ਕੇ ਤੇ ਚੇਲੇ ਵੀ ਕਮਜ਼ੋਰ ਹੋ ਜਾਣੇ ਨੇ ਇਸ ਕਰਕੇ ਮਹਾਰਜ ਕਹਿੰਦੇ ਹੁੰਦੇ ਨੇ ਭਾਈ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀ ਆ ਪਾਪਾਂ ਜਿਹੜਾ ਬੰਦਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਪੀਰ ਅਖਵਾਉਂਦਾ ਹੈ ਪਰ ਰੱਬ ਦੀ ਗੱਲ ਕੋਈ ਬੰਦੇ ਪੱਲੇ ਨਹੀਂ ਹੈ ਨਾ ਸੰਗੋਂ ਲੋਕਾਂ ਦੇ ਕੋਲ ਮੰਗਣ ਜਾਂਦਾ ਹੈ ਇਹੋ ਜਿਹੇ ਬੰਦੇ ਦੇ ਕਦੀ ਪੈਰੀਂ ਹੱਥ ਨਾ ਲਾਓ ਇੱਕ ਤੇ ਉਹ ਨੇ ਨਾ ਕਿ ਮਹਾਰਜ ਕਹਿੰਦੇ ਵੀ ਮੈਂ ਸਾਧੂਆਂ ਦੇ ਚਰਨਾਂ ਦੀ ਧੂੜ ਬਣਿਆ ਰਹਾ ਪਰ ਸਾਧੂ ਚੰਗਾ ਵੀ ਤੇ ਹੋਵੇ ਸਾਧੂ ਉੱਤਮ ਵੀ ਤੇ ਹੋਵੇ ਜਿਹੜਾ ਸਾਧੂ ਆਪ ਹੀ ਰੱਬ ਦੇ ਘਰ ਤੱਕ ਨਹੀਂ ਪਹੁੰਚ ਸਕਿਆ ਉਹ ਸਾਨੂੰ ਕੀ ਲਾ ਦੇਵੇਗਾ ਇੱਕ ਗੱਲ ਹੋਰ ਕਹਿ ਦਵਾਂ ਫਿਰ ਅਗਲਾ ਸਲੋਕੇ ਦੇ ਨਾਲ ਹੈ ਉਹ ਵੀ ਅਸੀਂ ਸਮਝਾਂਗੇ ਮੈਂ ਬੇਨਤੀ ਕੀਤੀ ਸੀ ਵੀ ਵੇਖੋ ਆਮ ਜਿਹਾ ਦੁਨਿਆਵੀ ਬੰਦਾ ਉਹਦੀ ਸੋਚ ਕੀ ਹੈ ਵੀ ਭਾਈ ਮੇਰੇ ਰਹਿਣ ਦੇ ਲਈ ਚੰਗਾ ਘਰ ਹੋਵੇ ਵਧੀਆ ਜਿਹਾ ਪਰਿਵਾਰ ਹੋਵੇ ਤੇ ਬਸ ਆਉਣ ਜਾਣ ਦੇ ਲਈ ਇੱਕ ਚੰਗਾ ਵਾਹਕਲ ਹੋਵੇ ਇਹ ਜਿਹੜੀਆਂ ਆਮ ਸਾਡੀਆਂ ਬੇਸਿਕ ਨੀਡਸ ਨੇ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਮਹਾਰਾਜ ਨੇ ਮੰਗਿਆ ਹੈ ਤੇ ਸਾਨੂੰ ਚਾਹੀਦੀਆਂ ਵੀ ਇਹ ਨੇ ਹੁਣ ਸਾਧੂ ਜਿਹੜਾ ਹੈ ਉਹਦਾ ਸੁਭਾਅ ਤੇ ਇਦਾਂ ਦਾ ਨਹੀਂ ਸੀ ਹੋਣਾ ਚਾਹੀਦਾ ਮਹਾਰਾਜ ਜੀ ਕਹਿੰਦੇ ਨੇ ਸਾਧਨ ਭੋਜਨ ਕੀ ਆਸ ਨਾ ਕਰਈ ਅਚੰਤ ਮਿਲੈ ਸੁਖ ਆਏ ਸਾਧੂ ਇਦਾਂ ਦਾ ਹੋਣਾ ਚਾਹੀਦਾ ਹੈ ਪਹਿਲੀ ਗੱਲ ਤੇ ਇਹ ਹੈ ਕਿਉਂਕਿ ਸਾਧੂ ਕਮਾਉਂਦੇ ਨਹੀਂ ਸੀ ਨਾ ਹੁੰਦੇ ਤੇ ਸਾਧੂਆਂ ਨੂੰ ਭਰੋਸਾ ਹੁੰਦਾ ਸੀ ਵੀ ਲੋਕ ਸਾਨੂੰ ਕੀ ਦੇ ਕੇ ਜਾਂਦੇ ਨੇ ਇਹ ਨਹੀਂ ਵੀ ਮੰਗ ਕਰਕੇ ਰੱਖ ਦਿੰਦੇ ਸੀ ਲੋਕਾਂ ਨੂੰ ਪਤਾ ਹੁੰਦਾ ਸੀ ਵੀ ਚੱਲੇ ਕਮਾਉਂਦੇ ਨਹੀਂ ਨੇ ਜੋ ਸਾਡੇ ਕੋਲ ਹੈ ਇਹਨੂੰ ਦੇ ਦਿਓ ਔਰ ਵੇਖ ਲਓ ਤੁਸੀਂ ਅਜੇ ਵੀ ਕਈਆਂ ਥਾਵਾਂ ਦੇ ਉੱਤੇ ਜੋ ਘਰ ਦੇ ਵਿੱਚ ਬਣਿਆ ਜੇ ਪ੍ਰਸ਼ਾਦਾ ਬਣਿਆ ਤੇ ਘਰਦਿਆਂ ਨੇ ਦੂ ਪ੍ਰਸ਼ਾਦੇ ਫੜਾ ਜਣੇ ਨੇ ਜੇ ਕੋਈ ਸਬਜੀ ਬਣੀ ਹੈ ਤੇ ਸਬਜੀ ਰੱਖ ਦੇਣੀ ਹੈ ਜੇ ਕੋਈ ਹੋਰ ਚੀਜ਼ ਬਣੀ ਹੈ ਤੇ ਉਹਨਾਂ ਨੇ ਹੋਰ ਚੀਜ਼ ਰੱਖ ਦੇਣੀ ਹੈ ਕਦੀ ਕਿਸੇ ਸਾਧੂ ਨੇ ਇਹ ਨਹੀਂ ਸੀ ਕਿਹਾ ਕਿ ਮੈਂ ਤੇ ਇਹੋ ਚੀਜ਼ ਹੀ ਖਾਣੀ ਹੈ ਮੈਂ ਤੇ ਉਹੋ ਚੀਜ਼ ਹੀ ਖਾਣੀ ਹੈ ਮੈਨੂੰ ਤੇ ਆਹ ਚੀਜ਼ ਹੀ ਚਾਹੀਦੀ ਸੀ ਸਤਿਗੁਰੂ ਨੇ ਉਹਦਾ ਸੁਭਾਅ ਬੋਲਿਆ ਹੈ ਸ਼ਾਦਨ ਭੋਜਨ ਕੀ ਆਸ ਨਾ ਕਰੇ ਸਾਧੂ ਕਿਸੇ ਘਰ ਦਾ ਦਰਵਾਜ਼ਾ ਖੜਕਾਵੇ ਨਾ ਇਹ ਆਸ ਲੈ ਕੇ ਨਾ ਜਾਵੀਂ ਵੀ ਮੈਂ ਫਲਾਣੇ ਘਰ ਦੇ ਵਿੱਚ ਰੋਟੀ ਖਾਣੀ ਆ ਤਾਂ ਮੈਨੂੰ ਰੋਟੀ ਦੇ ਵਿੱਚ ਆ ਮਿਲ ਜਾਵੇ। ਕਹਿੰਦੇ ਜੋ ਬਣਾਇਆ ਹੈ ਨਾ ਚੁੱਪ ਕਰਕੇ ਖਾ ਲਵੇ। ਤੇ ਕੱਪੜੇ ਦੀ ਆਸ ਵੀ ਨਾ ਲੈ ਕੇ ਰੱਖੇ ਵੀ ਫਲਾਣੇ ਦੇ ਘਰ ਦੇ ਵਿੱਚ ਜਾ ਰਿਹਾ ਹਾਂ ਤਾਂ ਮੈਨੂੰ ਫਲਾਣਾ ਫਲਾਣਾ ਹੀ ਕੱਪੜਾ ਦੇਵੇਗਾ। ਮੌਦੇ ਅਗਲੇ ਦੀ ਮੈਂ ਫੇਰ ਕਹਿ ਦੇਵਾਂ। ਚਲੋ ਇਹ ਇੱਥੇ ਵਿਸ਼ਾ ਨਹੀਂ ਹੈ। ਹਜ਼ੂਰ ਕਹਿੰਦੇ ਅਚਿੰਤ ਮਿਲੈ ਸੋ ਪਾਏ। ਜੋ ਉਹਨੂੰ ਮਿਲ ਗਿਆ ਹੈ ਨਾ ਵੀ ਸੋਚਿਆ ਵੀ ਨਹੀਂ ਸੀ। ਬਸ ਉਹਦੀ ਝੋਲੀ ਦੇ ਵਿੱਚ ਕਰਦਿਆਂ ਨੇ ਜਾਂ ਆਉਂਦੇ ਜਾਂਦੇ ਕਿਸੇ ਬੰਦੇ ਨੇ ਪਾ ਦਿੱਤਾ ਸੁਪਕਰ ਕੇ ਤੁਰਦਾ ਬਣੇ ਤੇ ਮੈਂ ਬੇਨਤੀ ਕੀਤੀ ਸੀ ਵੀ ਆਮ ਘਰ ਵਾਲੇ ਬੰਦੇ ਦੀ ਬੇਸਿਕ ਨੀਡਸ ਨੇ ਵੀ ਆ ਮੇਰੇ ਕੋਲ ਹੋਣਾ ਚਾਹੀਦਾ ਹੈ ਜੇ ਸਾਧੂ ਵੀ ਇਹੀ ਸੋਚਦਾ ਹੈ ਪੀ ਆਮ ਘਰ 50 ਗੱਜ ਦਾ ਤੇ ਡੇਰਾ 500 ਗੱਜ ਦਾ ਹੋ ਜਾਵੇ ਤੇ ਆਮ ਬੰਦੇ ਦੀ ਗੱਡੀ ਜਿਹੜੀ ਆ 5 ਲੱਖ ਦੀ ਤੇ ਸਾਧੂ ਦੀ ਸੋਚ ਹੋਵੇ ਵੀ 50 ਲੱਖ ਤੋਂ ਸਸਤੀ ਗੱਡੀ ਨਾ ਹੋਵੇ ਆਮ ਬੰਦੇ ਦੀ ਘੜੀ 10-12 ਹਜ਼ਾਰ ਦੀ ਤੇ ਸਾਧੂ ਦੀ ਘੜੀ ਲੱਖ ਦੀ ਹੋਵੇ ਤੇ ਜੇ ਸਾਧੂ ਵੀ ਇੰਨਾ ਚੀਜ਼ਾਂ 'ਚ ਫਸਿਆ ਹੈ ਤੇ ਲੋਕਾਂ ਦੀ ਲੋਕਾਂ ਦੀ ਭੁੱਖ ਕਿੱਥੇ ਖਤਮ ਕਰ ਦੇਵੇਗਾ ਜੇ ਸਾਧੂ ਦੀ ਖੁਦ ਹੀ ਭੁੱਖ ਏਡੀ ਵੱਡੀ ਹੈ ਵੀ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ ਉਹ ਲੋਕਾਂ ਦੀ ਭੁੱਖ ਕਿੱਥੇ ਸ਼ਾਂਤ ਕਰ ਦੇਵੇਗਾ ਮਰਜ ਇਸ ਕਰਕੇ ਕਹਿੰਦੇ ਨੇ ਵੀ ਸਾਧੂ ਸਾਡੀ ਭੁੱਖ ਕਿੱਥੇ ਦੂਰ ਕਰੇਗਾ ਤੇ ਆਪ ਹੀ ਵਿਚਾਰਾ ਐਡਾ ਭੁੱਖਾ ਹੈ ਇਹੋ ਜਿਹੇ ਬੰਦਿਆਂ ਦਾ ਸਾਥ ਕਰਾਂਗੇ ਤੇ ਫਿਰ ਸਤਿਗੁਰੂ ਕਹਿੰਦੇ ਕੀ ਹੁੰਦਾ ਹੈ ਜਿਹੇ ਜਿਹੇ ਡਾਲੀ ਪੱਗ ਧਰੋ ਸੋਈ ਮੁਰਮੁਰ ਜਾਏ ਜਿਹੋ ਇਹੋ ਜੇ ਸਾਧੂਆਂ ਦਾ ਆਸਰਾ ਲਵਾਂਗੇ ਨਾ ਇਹ ਸਾਡੀਆਂ ਭੁੱਖਾਂ ਵਧਾ ਦੇਣਗੇ ਭੁੱਖਾਂ ਘਟਾਉਣਗੇ ਨਹੀਂ ਸਭ ਨੂੰ ਸਾਨੂੰ ਹੋਰ ਭੁੱਖੇ ਕਰ ਦੇਣਗੇ ਕਿ ਕਿਦਾਂ ਕਮਾਉਣਾ ਚਾਹੀਦਾ ਹੈ ਤੁਸੀਂ YouTube ਦੇ ਉੱਤੇ ਵੇਖ ਲਓ ਉਹ ਸਵੇਰੇ ਸਵੇਰੀ ਲੱਗ ਜਾਂਦੇ ਨੇ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬੋਲ ਬੋਲਿਆ ਹੈ ਧ੍ਰਿਗ ਤਿਨ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾ ਸਤਿਗੁਰੂ ਕਹਿੰਦੇ ਫਿਟਕਾਰ ਜੋਗ ਹੈ ਉਹਨਾਂ ਦੇ ਜੀਣ ਦੇ ਉੱਤੇ ਜਿਹੜੇ ਨਾਮ ਨੂੰ ਲਿਖ ਲਿਖ ਕੇ ਵੇਚਦੇ ਨੇ ਮੰਤਰ ਬਣਾ ਬਣਾ ਕੇ ਵੇਚਦੇ ਨੇ ਹੈ ਸਾਧੂ ਨੇ ਪਰ ਮੰਤਰ ਬਣਾ ਬਣਾ ਕੇ ਵੇਚਦੇ ਪਏ ਨੇ ਤੁਸੀਂ ਕਿਤੇ ਸਵੇਰੇ ਸਵੇਰ ਸ਼ੁਰੂ ਕਰੋਗੇ ਨਾ ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ ਤੁਸੀਂ ਇੱਕ ਤੇ ਹੁੰਦੇ ਨੇ ਨਾ ਵੀ ਧਾਰਮਿਕ ਚੈਨਲ ਲਈ ਵੀ ਨਿਤਨੇਮ ਸੁਣਾ ਰਹੇ ਨੇ ਇੱਕ ਇਦਾਂ ਦੇ ਵੀ ਆਏ ਨੇ ਜਿਹੜੇ ਦਾਅਵੇ ਕਰਕੇ ਬੈਠੇ ਹੋਏ ਨੇ ਵੀ ਆਹ ਸ਼ਬਦ ਸੁਣ ਲਓ ਦੋਵਾਂ ਮਿੰਟਾਂ ਦੇ ਵਿੱਚ ਤੁਹਾਡੇ ਸਾਰੇ ਰੁਕੇ ਕੰਮ ਬਣਾ ਦੇਣਗੇ ਇਹ ਕੀ ਹੈ ਇਹ ਇਦਾਂ ਦਾ ਭਰੋਸਾ ਨਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਕਿਉਂਕਿ ਇਹ ਬਿਜ਼ਨਸ ਚੱਲਦਾ ਹੈ ਇਹਦੇ ਪਿੱਛੇ ਕਮਾਈ ਹੁੰਦੀ ਹੈ ਫਿਰ ਸੋ ਜਾਣਾ ਇਸ ਕੋਸ਼ਿਸ਼ ਦੇ ਵਿੱਚ ਲੱਗਾ ਹੁੰਦਾ ਵੀ ਅੱਜ ਦੋਵਾਂ ਮਿੰਟਾਂ 'ਚ ਅਸੀਂ ਸਫਲ ਹੋ ਹੀ ਜਾਣਾ ਹੈ ਇਹ ਇਦਾਂ ਦੇ ਲੋਕ ਆਹ ਕੰਮ ਕਰੋ ਤੁਹਾਡੇ ਰੁਕੇ ਕੰਮ ਆਹ ਸ਼ਬਦ ਸੁਣ ਲਓ ਬਸ ਤੁਹਾਡੇ ਰੁਕੇ ਕੰਮ ਬਣਾ ਦੇਣਗੇ ਜੇ ਨਹੀਂ ਬਣੇ ਤਾਂ ਫਿਰ ਫਿਰ ਕਿੰਨੂੰ ਫੜਨਗੇ ਜਾ ਕੇ ਕਿਉਂ ਭਰੋਸਾ ਉਡਾ ਰਹੇ ਆ ਉਹਨਾਂ ਦਾ ਗੁਰਬਾਣੀ ਦੇ ਉਤੋਂ ਮਹਾਰਾਜ ਕਹਿੰਦੇ ਇਹੋ ਜਿਹਾਂ ਦਾ ਆਸਰਾ ਲਵਾਂਗੇ ਨਾ ਇਹ ਆਪ ਕੱਚੇ ਨੇ ਆਪ ਪਾਰ ਨਹੀਂ ਹੋਏ ਇਹਨਾਂ ਦੇ ਵਿੱਚ ਪੈ ਕੇ ਬਾਕੀ ਵੀ ਡੁੱਬ ਜਾਣੇ ਨੇ ਇਸ ਕਰਕੇ ਸਾਧੂ ਉਹ ਹੋਵੇ ਗੁਰੂ ਨਾਨਕ ਸਾਹਿਬ ਵਰਗਾ ਸਾਧੂ ਹੋਵੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਮਹਾਰਾਜ ਵਰਗਾ ਇੱਕ ਵਾਰ ਜ਼ਿੰਦਗੀ ਦੇ ਵਿੱਚ ਮਿਲੇ ਤੇ ਬਸ ਜ਼ਿੰਦਗੀ ਦੀ ਸੋਚ ਬਦਲ ਕੇ ਰੱਖ ਦੇਵੇ ਸਾਧੂ ਉਹ ਹੈ ਕਮਜ਼ੋਰ ਸਾਧੂ ਨਹੀਂ ਤਗੜਾ ਸਾਧੂ ਹੋਵੇ ਇਸ ਕਰਕੇ ਦਾਤਾਰ ਨੇ ਇਹ ਦੋ ਸਲੋਕ ਬੋਲੇ ਨੇ ਸਾਧੂਆਂ ਦੇ ਬਾਰੇ ਭਾਈ ਤੁਰੇ ਤੇ ਬੰਦਗੀ ਕਰਨ ਦੇ ਲਈ ਪਰ اٹਕ ਗਏ ਆਪਣੇ ਚੇਲਿਆਂ ਦੇ ਵਿੱਚ ਤੇ ਇਹੋ ਜੇ ਸਾਧੂਆਂ ਦਾ ਆਸਰਾ ਲਵਾਂਗੇ ਤੇ ਫਿਰ ਹੋਵੇਗਾ ਕਿ ਇਹਨਾਂ ਆਪ ਤੇ ਪਾਰ ਨਹੀਂ ਹੋਣਾ ਇਹਨਾਂ ਪਿੱਛੇ ਲੱਗਿਆਂ ਨੂੰ ਵੀ ਡੋਬ ਲੈਣਾ ਹੈ ਇਸ ਕਰਕੇ ਕਿਹੋ ਜਿਹਾ ਸਾਧੂ ਹੋਵੇ ਇਹ ਵੀ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਮਹਾਰਜ ਬਖਸ਼ ਲੈਣ ਤਪ ਜੀ ਦੇ ਚਰਨਾਂ ਦੇ ਵਿੱਚ ਸੰਖੇਪ ਜੀ ਵਿਚਾਰ ਕਰਦਿਆਂ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸੰਤ ਪਾਉ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ